ਮਿੰਨੀ ਬਾਘਾ ਪ੍ਰੋਡਕਸ਼ਨ ਅਤੇ ਮਾਨ ਜਸਵੰਤ ਪੇਸ਼ ਕਰਦੇ ਹਨ। देशी तकनीक से तैयार, दूसरों के मुकाबले कम लोड लेने वाला, जमीन को उपजाऊ बनाता है, हर किसान के चेहरे पर रौनक लाता है। सरदार रोटावेटर प्रोग्राम रंग पंजाब दे लाइव अखाड़ा अपने पिंड या शहर विच सभ्याचारक मेले दी लाइव शूटिंग अते कलाकार वीर अपने अखाड़े दी लाइव शूटिंग करवाउण लई संपर्क करो 9463885524 9463885524। ਸਰਬਜੀਤ ਬੁੱਗਾ ਜੀ, ਸਾਡੇ ਵੱਡੇ ਭੈਣ ਜੀ ਬੀਬਾ ਮਨਪ੍ਰੀਤ ਬੁੱਗਾ ਜੀ, ਜੀ
चढ़ी हुई गुट्टी चढ़ाई रखी चढ़ी हुई गुट्टी चढ़ाई हुई गुट्टी ਹੋਈ ਗੁੱਡੀ ਚੜਾਈ ਰੱਖੀ ਮਾਲਕਾ ਚੜੀ ਹੋਈ ਗੁੱਡੀ ਨੂੰ ਚੜਾਈ ਰੱਖੀ ਮਾਲਕਾ ਚੜੀ ਹੋਈ ਗੁੱਡੀ ਨੂੰ ਚੜਾਈ ਰੱਖੀ ਮਾਲਕਾ ਚੜੀ ਹੋਈ ਗੁੱਡੀ ਨੂੰ ਪਿੰਡ ਭਾਗ ਬੁੱਢਾ ਦੇ ਸਾਰੇ ਵਸਨੀਕਾਂ ਦਾ ਤਬਰ ਹੋਈਆਂ ਸਕਦਾ ਹੁੰਦਾ ਅੱਜ ਆਪਾਂ ਜਿਹੜੇ ਪੀਰਾਂ ਦਾ ਦਿਨ ਮਨਾਉਣਾ ਹੈ ਬਾਹਰ ਮਨਾਉਣਾ ਹੈ ਪੀਰ ਬਾਬਾ ਅਹਿਮਦ ਸ਼ਾਹ ਜੀ ਮੈਂ ਪੀਰ ਹਾਂਜੀ ਧੰਨਵਾਦ ਬਾਈ ਜੀ ਉਹ ਨਾਂ ਪੁੱਛ ਲਾ ਕਿਉਂਕਿ ਫਿਰ ਗੁਆਂਢੀਆਂ ਨੂੰ ਆਦਤ ਪੈਂਦੀ ਹੁੰਦੀ ਆ ਵੀ ਉਹਦਾ ਨਾਂ ਲਿਆ ਮੇਰਾ ਕਿਉਂ ਨਹੀਂ ਲਿਆ ਮੈਂ ਸਾਰੇ ਨਾਂ ਬੋਲਣ ਤੋਂ ਪਹਿਲਾਂ ਬੋਲ ਦੇਣਾ ਸਾਰਾ ਦਵਿੰਦਰ ਸਰਪੰਚ ਜੀ ਤਹਿ ਦਿਲੋਂ ਧੰਨਵਾਦੀ ਹਾਂ ਤੁਸੀਂ ਆਪਣੇ ਵੀਰ ਨੂੰ ਆਸ਼ੀਰਵਾਦ ਦੇ ਕੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੰਨਾ ਕੁ ਪਤਾ ਪਿਛਲੀ ਵਾਰ ਵੀ ਤੁਸੀਂ ਮੈਨੂੰ ਬੁਲਾਇਆ ਸੀਗਾ ਤੁਸੀਂ ਮੈਨੂੰ ਹੁਣ ਲੇਟ ਨਹੀਂ ਸਮਝ ਸਕਦੇ ਕਿਉਂਕਿ ਪਿਛਲੀ ਵਾਰ ਮੈਂ 7:30 ਵਜੇ ਤੋਂ ਢੁਕਵਾਇਆ ਸੀਗਾ ਸਹੀ ਗੱਲ ਆ ਅਤੇ ਐਰਕੀ ਮੈਂ ਦਿਨੇ ਦਿਨੇ ਆਇਆ ਮੇਰੀ ਕੋਸ਼ਿਸ਼ 4 ਵਜੇ ਤੇਰੇ ਕੋਲ ਇੱਥੇ ਪਹੁੰਚ ਜਾਣਾ ਸੀ ਤੁਹਾਡੇ ਕੋਈ ਨਹੀਂ ਭਾਵੇਂ 8 ਵਜੇ ਆਦੀ ਹੁਣ ਨਹੀਂ ਕੋਈ ਚੱਕਰ ਡੀਜ਼ਲ ਇੰਜਣ ਵੇਖਿਆ ਕਹਿੰਦੇ ਡੀਜ਼ਲ ਇੰਜਣ ਉਹ 'ਚ ਤੇਲ ਪਾਈ ਜਾਓ ਉਹ ਫੱਕ ਫੱਕ ਕਰੀ ਜਾਂਦਾ ਅਤੇ ਜੇ ਕੱਚਾ ਧੂਆ ਮਾਰ ਗਿਆ ਫਿਰ ਕੰਮ ਖਤਮ ਕੱਚਾ ਤੁਸੀਂ ਨਾ ਵੱਜਣ ਦਿਓ ਡੀਜ਼ਲ ਇੱਧਰੋਂ ਬੰਦ ਨਹੀਂ ਕਰਦਾ ਮੈਂ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਦੀ ਹਾਜ਼ਰੀ ਲਾਉਣੀ ਹੈ ਤੁਹਾਡੀ ਅਤੇ ਆਪਣੀ ਹਾਜ਼ਰੀ ਲਾਉਣ ਲੱਗਾ ਮੈਂ ਪੀਰ ਬਾਬਾ ਜੀ ਦੇ ਚਰਨਾਂ 'ਚ ਮੈਂ ਕਹੂੰਗਾ ਪੀਰ ਬਾਬਾ ਮੁਹੰਮਦ ਸ਼ਾਹ ਜੀ ਦੇ ਸੱਚੇ ਦਰਬਾਰ ਦੀ ਤੁਸੀਂ ਕਹਿਣਾ ਜੈ ਅਹਿਮਦ ਸ਼ਾਹ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਸੱਚੇ ਦਰਬਾਰ ਦੀ ਤੁਸੀਂ ਕਹਿਣਾ ਜੈ ਅਤੇ ਜੈ ਇੰਨੀ ਉੱਚੀ ਆਵਾਜ਼ ਨਾਲ ਕਹਿ ਦਿਓ ਜਿੰਨੀ ਉੱਚੀ ਆਵਾਜ਼ ਨਾਲ ਲਾਉਂਦੇ ਨਾ ਮੁੰਡੇ ਕਹਿੰਦੇ ਲੱਡੂ ਬਣੇ ਤੈਨੂੰ ਲੱਗਣਾ 16 ਸਾਲ ਪਾਰਲੀਮੈਂਟ ਤੱਕ ਰੌਲਾ ਪੱਲੀ ਤੇਰੇ ਵੇਲੀ ਯਾਰ ਦਾ ਲੱਗੇ ਹੀ ਹੋਣ ਸ਼ਰੀਕ ਵਿੱਚ ਝਗੜੇ ਵਾਲੇ ਕਿੱਲੇ ਨੂੰ ਸਾਡਾ ਵੀ ਤਾਂ ਧੰਨ ਜਿਗਰਾ ਦੁੱਖ ਦਿਲ ਵਿੱਚ ਬੈਠਿਆਂ ਦਵਾਈ ਧੰਨਾ ਵਾਅਦਾ ਕਰਦਾ ਜਿੰਨੀ ਉੱਚੀ ਪੀਰ ਬਾਬਾ ਜੀ ਦੇ ਹਾਜ਼ਰੀ ਲਾਓਗੇ ਨਾ ਅਤੇ ਉੱਨੀ ਉੱਚੀ ਆਵਾਜ਼ ਨਾਲ ਸੁਣਾ ਕੇ ਜਾਊਂਗਾ ਮੇਰੀ ਭੈਣ ਰਮਨ ਸੇਖੋ ਮੇਰਾ ਗੀਤ ਪਰਸੋਂ ਚੋਂ ਰਿਲੀਜ਼ ਕਰ ਰਹੀ ਹੈ ਆਪਣੀ ਕੰਪਨੀ 'ਚ ਅਰਸ਼ ਰਿਕਾਰਡ 'ਚ ਜਿਹਦਾ ਨਾਂ ਹੈ ਪੈਨਸ਼ਨ ਅਤੇ ਤੁਹਾਨੂੰ ਜ਼ੋਰ ਲਾ ਕੇ ਤੁਹਾਡੀ ਆਵਾਜ਼ ਨੂੰ 4 ਗੁਣਾ ਜ਼ੋਰ ਲਾ ਕੇ ਸੁਣਾ ਕੇ ਜਾਊਂਗਾ ਬੇਬੇ ਨਾਲ ਮਿੱਟੀ ਹੋ ਗਈ ਨਹੀਂ ਬਾਪੂ ਦੀ ਪੈਨਸ਼ਨ ਖਾਈ ਜਾ ਮੇਰਾ ਜਿਹੜੇ ਕਰਨੇ ਪੈਣੇ ਜਾ ਬਾਬਾ ਖੁਸ਼ ਹੋ ਗਿਆ ਨਾ ਹਾਂਜੀ ਛੱਡੀ ਕਰ ਮੈਂ ਕਹੂੰਗਾ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਸੱਚੇ ਦਰਬਾਰ ਵਿੱਚ ਤੁਸੀਂ ਕਹਿਣਾ ਜਾਏ ਤਿਆਰੀਆਂ ਛੱਡੀ ਕਰੇ ਵੀ ਬਾਬਾ ਤਾਂ ਕਰਕੇ ਛੱਡਣਾ ਪੀਰ ਬਾਬਾ ਅਹਿਮਦ ਸ਼ਾਹ ਜੀ ਦੇ ਸੱਚੇ ਦਰਬਾਰ ਕੀ ਥੈਂਕ ਯੂ ਮਿਹਰਬਾਨੀ ਰਣੀ ਆਪਣੇ ਵੀਰਾਂ ਦਾ ਮੇਲਾ ਪ੍ਰਬੰਧਕ ਕਮੇਟੀ ਦਾ ਪਲੱਸ ਆ ਸਾਡੇ ਪਰ ਜਿਹੜੀਆਂ ਬਾਹਾਂ ਸਾਡੀਆਂ ਮੇਰੇ ਨਾਲ ਪੋਜੀਸ਼ਨ ਠੀਕ ਹੈ ਜੀ ਰਮਨ ਦੀਦੀ ਦਾ ਤਹਿ ਦਿਲੋਂ ਧੰਨਵਾਦ ਜਿਹਨੇ ਤੁਹਾਨੂੰ ਦਰਸ਼ਨ ਕਰਾਇਆ ਮੈਨੂੰ ਜਸਵੰਤ ਮੇਰਾ ਵੀਰ ਟਾਈਮ ਟੀਵੀ ਤੋਂ ਟਾਈਮ ਟੀਵੀ ਦੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ ਬਾਕੀ ਵੀ ਜਿੰਨੇ ਆ ਮੇਰੇ ਵੀਰ ਕੈਮਰੇ ਲਾ ਕੇ ਬੈਠੇ ਆ ਉਹਨਾਂ ਧੰਨਵਾਦ ਹਾਂ ਮੇਰਾ ਵੀਰ ਪੱਤਰਕਾਰ ਸਾਡੇ ਉਦੋਂ ਵਿਜੀਲੈਂਸ ਵੀ ਬੈਠੇ ਹਨ ਇਹਨਾਂ ਨਾਲ ਇੱਕ ਜ਼ੋਰ ਨਾਲ ਤਾੜੀ ਲਾ ਦਿਓ
ਤੁਸੀਂ ਪੁਲਿਸ ਵਾਲੇ ਪੁਲਿਸ ਨਹੀਂ ਸਕੂਟਰ ਦੀ ਹੈ, ਇੱਕ ਪੰਜਾਬ ਪੁਲਿਸ ਵੀ ਬੈਠੀ ਹੈ, ਪੰਜਾਬ ਪੁਲਿਸ ਵਾਲੇ ਜ਼ੋਰ ਨਾਲ ਤਾੜੀ ਲਾਇਓ, ਕਿਉਂਕਿ ਇਹ ਉਹ ਇਨਸਾਨ ਹੈ ਜਿਹਨਾਂ ਕਰਕੇ ਆਪਾਂ ਮੇਲੇ ਮਨਾਰੇ ਚਿੱਟਿਆਂ ਦਿਨਾਂ 'ਚ ਬੈਠੇ ਹਾਂ। ਇਹਨਾਂ ਦੇ ਪਰਿਵਾਰ ਮਰੇ ਉਸ ਟਾਈਮ 'ਚ, ਕੋਈ ਮਾਰ ਦਿੱਤੇ ਗਏ ਕਿਤੇ ਤੱਕ ਲੱਭੇ ਨਹੀਂ ਆ, ਇਹਨਾਂ ਦਾ ਇੱਕ ਜ਼ੋਰ ਨਾਲ ਠੋਕ ਕੇ ਯਾਰ ਤਾੜੀ ਮਾਰੋ, ਚਿੱਟੇ ਦਿਨ ਇਹਨਾਂ ਵਾਪਸ ਲੈ ਕੇ ਦਿੰਦੇ ਸਨ। ਧੰਨਵਾਦ ਹੈ ਵੀਰੇ, ਥੈਂਕ ਯੂ। ਲਓ ਮਿੱਤਰੋ, ਉਸ ਆਵਾਜ਼ ਨੂੰ ਇੱਕ ਤਾੜੀ ਹੋਰ ਮਾਰਨੀ ਬਈ, ਮੈਨੂੰ ਚੇਤਾ ਭੁੱਲ ਚੁੱਕਿਆ ਸੀਗਾ। ਕੁੜੀ ਤਾਂ ਸਵੇਰ ਦੀ ਤੁਹਾਡੇ ਪ੍ਰੋਗਰਾਮ ਪੇਸ਼ ਕਰੀ ਜਾ ਰਹੀ ਹੈ, ਮਨਦੀਪ, ਉਹਦੇ ਨਾਲ ਦੇਖਾ ਜ਼ੋਰ ਨਾਲ ਤਾੜੀ ਮਾਰੋ ਮੇਰਾ ਵੀਰ ਜੋਬਨ ਬਿੱਲਾ, ਉਹਦੇ ਨਾਲ ਦੇਖਾ ਤਾੜੀ ਮਾਰੋ ਜ਼ੋਰ ਨਾਲ। ਧੰਨਵਾਦ ਹੈ ਵੀਰੇ, ਭੈਣੇ ਮੇਰੇ ਕਹਿੰਦੇ ਤੋਂ ਪਹੁੰਚੀ ਇੱਥੇ, ਕੋਈ ਗੱਲ ਨਹੀਂ, ਹੋਰ ਵੀ ਬੜੇ ਪਿੰਡ ਤੈਨੂੰ ਘੁਮਾਉਣੇ, ਟਾਈਮ ਡੀ ਵਾਲੇ ਕੁੜੀ ਦੇ ਵਾਰ ਵਾਰ ਚਲਾਉਣਾ ਇਹਨੇ ਪ੍ਰੋਮੋ। ਤੇ ਹੁਣ ਉਸ ਆਵਾਜ਼ ਨੂੰ ਮੈਂ ਇੱਕ ਸੱਦਾ ਦੇਣ ਜਾ ਰਿਹਾ, ਜਿਹਨਾਂ ਨੂੰ ਤੁਸੀਂ ਘਰਾਂ 'ਚ ਬੈਠ ਕੇ ਸੁਣਦੇ ਹੋ, ਟੀਵੀ ਨਹੀਂ ਸੁਣਦੇ ਹੋ ਤੇ ਦੇਖਦੇ ਹੋ, ਮੇਰੀ ਜਾਨ ਤੋਂ ਪਿਆਰੀ ਮੇਰੀ ਸਾਥੀ ਕਲਾਕਾਰ ਮਾਖਣ ਮਿੱਠੀ ਬਸ ਇੱਕ ਧਾਰਮਿਕ ਗੀਤ ਨਾਲ ਹਾਜ਼ਰੀ ਹੈ, ਕਹਿੰਦਾ ਬੀਬਾ ਮਨਪ੍ਰੀਤ ਫੁੱਗਾ ਜੀ। ਗੱਲ ਕਰਨ ਲੱਗਿਆ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਸਰਸਰ ਦੇ ਪਰਿਵਾਰ ਵਿਛੋੜਾ ਪੈ ਗਿਆ, ਦੋ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨਾਲ ਰਹਿ ਜਾਂਦੇ ਨੇ, ਸੂਬੇ ਦਾ ਟੱਕ ਤੇਜ਼ ਹੋਣ ਕਰਕੇ ਛੋਟੇ ਛੋਟੇ ਨਾਲ ਉਹਨੂੰ ਬੁੱਕਲ 'ਚ ਲਗਾਉਂਦੇ ਫਿਰਦੇ ਨੇ, ਆਪਣਾ ਸਮਝ ਕੇ ਗੰਗੂਰ ਸੋਈਏ ਦੇ ਘਰੇ ਛੱਡ ਲੈਂਦੇ ਨੇ, ਮੇਰੇ ਲੂਹੇ ਖੜੇ ਹੋ ਜਾਂਦੇ ਜਦੋਂ ਉਹਦਾ ਨਾਂ ਲੈਂਦਾ, ਗੰਗੂ ਪਾਪੀ ਉਹਨੂੰ ਕਹਿੰਦੇ ਆ, ਘਰੇ ਛੱਡ ਲੈਂਦੇ ਆ, ਗੰਗੂ ਪਾਪੀ ਚੰਦ ਛਿਲੜਾਂ ਦੀ ਖਾਤਰ ਚੰਦ ਮੋਹਰਾਂ ਦੀ ਖਾਤਰ ਬੇਈਮਾਨ ਹੋ ਜਾਂਦਾ, ਛੋਟੇ ਛੋਟੇ ਲੈਵਲ ਸੂਬੇ ਦੇ ਸਿਪਾਹੀਆਂ ਨੂੰ ਫੜਾ ਲੈਂਦਾ, ਸਿਪਾਹੀਆਂ ਦਾ ਤੋਰ ਲੱਗੀ ਦਾਦੀ ਮੈਂ ਕਿਵੇਂ ਮੱਤਾਂ ਦਿੰਦੀ ਹੈ, ਦੇਖਿਓ ਕਿਤੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦਿਓ, ਤੇ ਛੋਟੇ ਛੋਟੇ ਲਾਲ ਕਿਵੇਂ ਵਿਸ਼ਵਾਸ ਹੁੰਦਾ, ਦਾਦੀ ਮਾਂ ਸੂਬੇ ਦੀ ਕਚਹਿਰੀ 'ਚ ਜਕਾਰੇ ਲਾਉਂਦੇ ਭੇਜਾਵਾਂਗੇ, ਸੂਬੇ ਦੀ ਕਚਹਿਰੀ ਦੇ ਕੰਨੇ ਦੇ ਇੱਟਾਂ ਰੱਖ ਰੱਖ ਦਿਆਂਗੇ, ਇਹਨਾਂ ਦੇ ਛੋਟੇ ਛੋਟੇ ਲਾਲ ਇਹਨਾਂ ਦੀ ਦਾਦੀ ਮਾਂ ਲੈ ਕੇ ਹਾਜ਼ਰ ਹਾਂ। ਦਾਦੀ ਦੇ ਪੋਤੇ ਪਿਆਰੇ, ਬਹਾਦਰ ਬਾਬਾ ਜੀ ਦੇ ਪੋਤੇ ਪਿਆਰੇ, ਹੱਸ ਕੇ ਲਾਉਣੀ ਮੌਤ ਗਲੇ ਨਹੀਂ ਸੀਸ ਚੁਕਾਉਣਾ, ਅਸੀਂ ਬਾਗ ਜਿੰਦਗੀ ਦੇ ਪੋਤੇ ਹੋ ਕਿਉਂ ਘਬਰਾਉਣਾ, ਅਸੀਂ ਬਾਗ ਜਿੰਦਗੀ ਦੇ ਪੋਤੇ ਹੋ ਕੇ ਕਿਉਂ ਘਬਰਾਉਣਾ। ਬੈਠੋ ਤੂੰ ਵੀ ਗੱਲਾਂ ਰਚ ਰਚ ਕਰੀਏ, ਅੱਜ ਰਾਤ
ਖਲੋਤੇ ਗਜ ਗਜ ਫਤਿਹ ਬਣਾਵਾਂਗੇ, ਅਸੀਂ ਨਿਹਾਂ ਵਿੱਚ ਖਲੋਤੇ ਗਜ ਗਜ ਫਤਿਹ ਬਣਾਵਾਂਗੇ, ਕਿ ਧਰਮ ਦੀ ਖਾਤਰ ਮਰਨਾ ਸੂਬੇ ਤਾਈਂ ਦਿਖਾਉਣਾ ਅਸੀਂ ਵਾ ਗੁਜਰੀ ਦੇ ਹੋ ਕੇ ਕਿਉਂ ਘਬਰਾਉਣਾ, ਅਸੀਂ ਬਾਗ ਜ਼ਿੰਦਗੀ ਦੇ ਪੋਤੇ ਹੋ ਕੇ ਕਿਉਂ ਘਬਰਾਉਣਾ, ਸੀਸ ਚਰਾਉਂਦੇ ਨੇ ਦਿਆਲ ਵਾਲੇ ਪੱਪੀ ਆਖਰ ਸਮਾਂ ਸੀ ਆਉਣਾ, ਅਸੀਂ ਮਾਂ ਗੁਜਰੀ ਪੋਤੇ ਹੋ ਕੇ ਕਿਉਂ ਘਬਰਾਉਣਾ, ਅਸੀਂ ਮਾਂ ਗੁਜਰੀ ਦੇ ਪੋਤੇ ਹੋ ਕੇ ਕਿਉਂ ਘਬਰਾਉਣਾ, ਜਿੰਦਗੀ ਦੇ ਪੋਤੇ ਹੋ ਕੇ ਕਿਉਂ ਘਬਰਾਉਣਾ, ਅਸੀਂ ਮਾਂ ਗੁਜਰੀ ਦੇ ਪੋਤੇ ਹੋ ਕੇ ਕਿਉਂ ਘਬਰਾਉਣਾ, ਬਾਬਾ ਜੀ ਨਾਲ ਤਾੜੀ ਲਾ ਦਿਓ ਕਮਜ਼ੋਰ। ਇਹ ਸੀ ਬਸ ਵਾਹਿਗੁਰੂ ਪਰਮਾਤਮਾ ਦਾ ਨਾਮ, ਇਹੀ ਨਾਲ ਜਾਣਾ, ਦੋ ਘੜੀਆਂ ਜਿਹੜੀਆਂ ਕਾਊਂਟ ਹੋਣੀਆਂ ਇਹੀ ਹੋਣੀਆਂ, ਬਾਅਦ 'ਚ ਮੈਂ ਰੌਲਾ ਪਾਉਣਾ ਤੁਸੀਂ ਸੁਣ ਕੇ ਚਲੇ ਜਾਣਾ। ਇਹ ਤਾੜੀ ਲਾਓ ਮੇਰਾ ਵੀਰ, ਸਾਡੀ ਕਲਾਕਾਰ ਬਣਿਆ ਜੀ ਸੁਖਦੇਵ ਨਾਨ, ਮੇਰਾ ਛੋਟਾ ਵੀਰ, ਤਾੜੀ ਲਾ ਦਿਓ ਜੀ ਨਾਲ ਦਾ ਨਾਮ। ਭੈਣ ਦੇ ਪੈਸੇ ਵਾਪਸ ਰੱਖ, ਇੱਥੇ ਸਾਈਡ 'ਤੇ ਰੱਖ ਲਾ, ਵਾਪਸ ਕਰਕੇ ਜਾਣੇ ਆ, ਭਰਾ ਭੈਣਾਂ ਨੂੰ ਦਿੰਦੇ ਆ, ਲੈਂਦੇ ਨਹੀਂ ਹੁੰਦੇ। ਬਾਕੀ ਧੰਨਵਾਦ, ਇਹ ਆਸ਼ੀਰਵਾਦ, ਥੈਂਕ ਯੂ। ਮੇਰੇ ਜਿਹੜੇ ਮੇਰੇ ਤੋਂ ਪਹਿਲਾਂ ਮਜੀਸ਼ੀਅਨ ਮੇਰੇ ਵੀਰ ਹੈ, ਇਹ ਵੀ ਮੇਰੀਆਂ ਬਾਵਾਂ ਨੇ, ਮੇਰੇ ਭਰਾ ਨੇ ਜਿੱਦ ਹੋਣੀ, ਸਾਰੇ ਹੀ ਸਾਰੇ ਮੇਰੇ ਆਪਣੇ ਨੇ, ਕਾਲੀ ਹੋਣੀ, ਸਾਰੇ ਮੇਰੇ ਆਪਣੇ ਨੇ, ਇਹਨਾਂ ਦਾ ਵੀ ਧੰਨਵਾਦ ਹੈ, ਥੈਂਕ ਯੂ ਭਾਜੀ। ਮੈਨੂੰ ਪਤਾ ਤੁਸੀਂ ਜੋ ਸੁਣਨਾ ਉਹ ਪਾਸੇ ਆਉਣ ਲੱਗਾ, ਮੇਰੇ ਦਾ ਦੇਵੇਂ ਦੀ ਟਾਈਮ ਤੇ ਅੱਖ ਲੱਗ ਜਾਂਦੀ ਹੈ, ਕਿਤੇ ਗਰਮੀ ਦੀ ਥੱਕੀ ਥੁੱਕੀ ਸੀ, ਕਿਤੇ ਅੱਖ ਲੱਗ ਗਈ ਸੌਂ ਗਈ, ਜਿਹੜਾ ਟਾਈਮ ਰੱਖਿਆ ਵੀ ਸੀਟੀ ਮਾਰ ਦੀ, ਵਿਚਾਰਾ ਮਾਰ ਮਾਰ ਸੀਟੀਆਂ ਬਹਾਲ ਹੋ ਗਿਆ, ਤੇ ਉੱਪਰ ਵਾਈ ਨਹੀਂ ਉੱਠਦੀ, ਐਂਡ ਵਾਲੀ ਸੀਟੀ ਸੁਣਦੀ ਨਾ, ਤੀਜੀ ਚੌਥੀ, ਫਿਰ ਐਂਡ ਜਿਹੜਾ ਮਗਰੋਂ ਬਾਜਾ ਮਾਰ ਦੀ, ਕੀ ਕਹਿੰਦੀ ਕਹਿੰਦੀ
ਪਹਿਲੀ ਸਿੱਧੀ ਮਾਰ ਕੇ ਮੈਂ ਸੁੱਤੀ ਹੋਈ ਸੀ, ਮੈਂ ਦੂਜੀ ਸਿੱਧੀ ਮਾਰ ਕੇ ਉੱਠੀ ਹੋਈ ਸੀ, ਚਾਈ ਚਾਈ ਆਈ ਬਾਰਵੇ ਮਿੱਤਰਾ ਮੇਰਾ ਭੁੱਲ ਗਈ ਇੱਕ ਸਿੱਧੀ ਹੋਰ ਮਾਰ, ਤਾੜੀ ਤੁਸੀਂ ਮਾਰ ਦਿਓ ਸਿੱਧੀ, ਮੈਂ ਰਲ ਮਿਲ ਕੇ ਗੱਲ ਬਣ ਜੂਗੀ। ਆ ਜਾ ਫਿਰ ਬੁਲਾ ਲਈਏ ਤੇ ਚੌਂਕ ਚ ਡਰ ਤਾਂ ਨੀ ਕੋਈ, ਤਾੜੀ ਮਾਰ ਕੇ ਦੱਸੋ ਬੁਲਾ ਲਈਏ ਫਿਰ, ਮੈਨੂੰ ਪਤਾ ਬਹੁਤ ਸ਼ਤਾਨ ਤੁਸੀਂ ਤੇ ਜੇ ਚੌਂਕ ਚ ਬੜੀ ਜਾਣੀ ਕੁੜੀ ਡਰ ਜਾਣੀ ਮੇਰਾ ਕੰਮ ਖਰਾਬ। ਉਹ ਤੂੰ ਟੈਨਸ਼ਨ ਲੈ, ਇਹ ਮੈਨੂੰ ਇਲਾਕੇ ਦਾ ਪਤਾ ਵਾ, ਬੰਦੇ ਸ਼ਤਾਨ ਥੋੜੇ ਜੇ, ਤੈਨੂੰ ਪਤਾ ਉਹ ਚੌਂਕ ਚ ਬੜੀ ਆ ਤੂੰ ਡਰ ਜਾਣਾ, ਆਪਾਂ ਸਰਦਾਰ ਵਿਰੋਧੀ ਦੇ ਪਿੱਛੇ ਪਿੱਛੇ ਬੜਾ ਗਏ ਜਿੱਥੇ ਪਤਾ ਨਾ ਲੱਗੇ ਕਿਸੇ ਨੂੰ। ਉਹ ਤੀਜੇ ਜੋਗੇ ਵਿੱਚ ਸਿੱਧੀ ਆ ਜਾ, ਤੀਜੇ ਜੋਗੇ ਵਿੱਚ ਸਿੱਧੀ ਆ, ਗੱਲ ਲੱਗ ਜਾ ਸੋਣੀ ਹੌਲ ਜਿਹੀ ਵੰਗ ਛਣਕਾ, ਗੱਲ ਲੱਗ ਜਾ ਸੋਣੀ ਹੌਲ ਜਿਹੀ ਵੰਗ ਛਣਕਾ, ਗੱਲ ਲੱਗ ਜਾ ਸੋਣੀ। ਲੱਗ ਜਾ ਸੋਣੀ ਹੌਲ ਜਿਹੀ ਵੰਗ ਛਣਕਾ, ਨੀ ਗੱਲ ਲੱਗ ਜਾ ਸੋਣੀ ਹੌਲ ਜਿਹੀ ਵੰਗ ਛਣਕਾ, ਨੀ ਗੱਲ ਲੱਗ ਜਾ ਸੋਣੀਏ। ਬੁੱਗੇ ਦੀ ਹੁਣ ਲੱਗ ਜਾ ਸੋਣੀ ਕਹਾਣੀ ਕਰ ਲੱਗ ਜਾ ਸੋਣੀਏ।
ਤਾੜੀ ਵਰ ਕੀ ਵਿਚਾਰਾ ਉਹ ਦੀਦੀ ਸਾਨੂੰ ਡਰਾਵੇ ਵੱਡੇ ਵੀਰਾਂ ਵਾਲੀਏ बड़े सापे सीढ़ी करने पी भला कि पहलो चिट्ठी लिखनी पीनी पी ना फिर सुल्तानपुर रोटी जाना पैंता ही जां लोहिया जाना पैंता है कपूरथले भला की लैना वो कुत्ते मूड़ा बक्सा च लगना ਵਿਆਹ ਵੀ ਨਿਕਲ ਜਾਂਦਾ ਰਿਸ਼ਤੇਦਾਰ ਨੂੰ ਪਤਾ ਨਹੀਂ ਲੱਗਦਾ ਸੀ ਪਰ ਹੁਣ ਮਿੱਤਰਾਂ ਸਾਡਾ ਦੇਸ਼ ਤਰੱਕੀ ਕਰ ਗਿਆ ਤੁਹਾਨੂੰ ਪਤਾ ਹੀ ਹੈ ਹਰ ਬੰਦਿਆਂ 'ਚ ਮੋਬਾਈਲ ਫੜਿਆ ਖੜਾ ਵਾ ਜਦੋਂ ਕਿਸੇ ਨੂੰ ਕਹਿਣਾ ਨਾਲੇ ਕਹਿੰਦਾ ਹਾਂ ਆ ਜੀ ਸਾਡੇ ਪਿੰਡ ਮੇਲਾ ਹੀ ਜੇ ਨਾ ਵਜਾ ਕੇ ਮੱਧ ਸਭ ਚੱਲ ਗਿਆ ਮੂਹਰ 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 ਤੋਂ ਮੂਹਰ ਮਿਲ ਜਾਂਦਾ ਮੈਸੇਜ ਕਰ ਦਿੰਦਾ ਇਹ ਮੋਬਾਈਲ ਪਤਾ ਕਿਉਂ ਆਏ ਸੀਗੇ ਇਹ ਮੋਬਾਈਲ ਪਤਾ ਕਿਉਂ ਆਏ ਸੀਗੇ ਮੋਬਾਈਲ ਆਇਆ ਸੀ ਕਿਸੇ ਸਰਪੰਚ ਕੋਲੇ ਹੋਊਗਾ ਪਿੰਡ ਝਗੜਾ ਝਗੜਾ ਹੋ ਜਾਂਦਾ ਜਾਂ ਕਣਕ ਗੁਣਕਾਈ ਹੁੰਦੀ ਲੈਣ ਜਾਣਾ ਹੁੰਦਾ ਵਾ ਵੀ ਛੇਤੀ ਕਣਕ ਸਰਪੰਚ ਨੂੰ ਛੇਤੀ ਬੁਲਾ ਲਈਦਾ ਜਾਂ ਕਿਸੇ ਥਾਣੇਦਾਰ ਕੋ ਹੋਊਗਾ ਪੰਜਾਬ ਪੁਲਿਸ ਕੋ ਜਾਂ ਵਿਜੀਲੈਂਸ ਕੋ ਜਾਂ ਪੱਤਰਕਾਰਾਂ ਕੋ ਕੋਈ ਬੰਦਾ ਕੰਮ ਕਰ ਛੇਤੀ ਕਰਾ ਲੈਂਦਾ ਕ੍ਰਾਈਮ ਨਹੀਂ ਵਧਦਾ ਤੇ ਜਾਂ ਫਿਰ ਕਿਸੇ ਡਾਕਟਰ ਕੋ ਹੋਊਗਾ ਬੰਦਾ ਦਵਾਈ ਦੂਈ ਖਵਾਰ ਹੁੰਦਾ ਲੈ ਲੈਂਦਾ ਪਰ ਮਿੱਤਰੋ ਕਿਸੇ ਮਹਿਕਮੇ ਦੇ ਕੰਮ ਨਹੀਂ ਆਏ ਬਿਲਕੁਲ ਨਹੀਂ ਇਹ ਚੌਥੇ ਮਹਿਕਮੇ ਦੇ ਜ਼ਿਆਦਾ ਕੰਮ ਆਏ ਜੇ ਬੰਦੇ ਨਾਲ ਹੀ ਖੁਸ਼ ਹੋ ਗਏ ਆਸ਼ਕ ਜੁਨੀਅਮ ਜਿੰਦਾਬਾਦ ਗੁੱਸਾ ਨਾ ਕਰਿਓ ਆ ਜਦੋਂ ਵੀ ਚੈਨਾ ਦੀ ਹੈਗੀ ਨਾ ਸੜ ਜਾਣੀ ਇਹ ਜਿੱਡਾ ਵੱਡਾ ਫੁਕਰਾ ਹੁੰਦਾ ਓਡਾ ਵੱਡਾ ਮੋਬਾਈਲ ਥੋੜੀ ਫਿਰਦਾ ਹੁੰਦਾ ਜੀ ਸਹੀ ਗੱਲ ਮਿੱਤਰੋ ਘਬਰਾਓ ਨਾ ਘੱਟ ਕੁੜੀਆਂ ਵੀ ਨਹੀਂ ਜੇ ਘੱਟ ਕੁੜੀਆਂ ਹੁੰਦੀ ਸੱਚੀ ਗੱਲ ਜੇ 250 ਦਾ ਬੱਬਰ ਜਿਹਾ ਮੋਬਾਈਲ ਹੈ ਕਿਤੇ ਫੋਨ ਕੰਡੇ ਨਹੀਂ ਹੈਟਰ ਬੱਬਰ ਜਿਹਾ ਮੋਬਾਈਲ ਲੈ ਕੇ ਤਾਂ ਫੋਨ ਕਰਦੇ ਹੁੰਦੇ ਆ ਭਲਾ ਕੀ ਕਹਿੰਦੇ ਆ ਕਹਿੰਦੇ ਭਾਗ ਪਿੰਡ ਦਾ ਕੀ ਭਾਗੋ ਵਾਲੇ ਭਾਗੋ ਬੁੱਢਾ ਕਹਿੰਦੀ ਹੈਰੀਏ ਭਾਗੋ ਬੁੱਢਿਆਰਾ ਵੀਰਾ ਬੋਲਦਾ ਕਹਿੰਦਾ ਬੋਲਦਾ ਕਹਿੰਦੀ ਏਦਾਂ ਕਰ ਪਾਪਾ ਮੇਰਾ ਘਰੇ ਨੀ 20 ਰੁਪਏ ਪਵਾਕਦੇ ਆ ਸਾਰੀ ਰਾਤ ਗੱਲਾਂ ਕਰਾਂਗੇ ਤੇਰਿਆ ਤੇਰਿਆ 20 ਰੁਪਏ ਪਾਉਂਦਾ ਜਾ ਕੇ ਲੋਹੀਆਂ ਤੇ ਬਾਅਦ ਫੋਨ ਕੀ ਆਉਂਦਾ 20 ਰੁਪਏ ਪੈ ਜਾਂਦੇ ਨਾ ਅਜੇ ਘਰ ਨਹੀਂ ਪਹੁੰਚਿਆ ਹੁੰਦਾ ਤੇ ਫੋਨ ਆਈਦਾ ਹੈ ਵੀਰਿਆ ਫੋਨ ਨਾ ਕਰੀ ਮੇਰਾ ਪਾਪਾ ਤਾਂ ਘਰੇ ਵੀ ਆ ਗਿਆ ਕਹਿੰਦਾ ਤੇਰਾ ਵੇ ਪਾਪਾ ਕਰੇ ਤੇਰੀ ਵੇ ਬੀਬੀ ਕਰੇ ਮੈਂ ਤਾਂ 20 ਰੁਪਏ ਪੂਰੇ ਕਰਕੇ ਛੱਡੂ ਉਹ ਕਿਹਦੀ ਸਾਡਰਾਵੇ ਵੱਡੇ ਵੀਰਾਂ ਵਾਲੀਏ ਕਿਹਦੀ ਸਾਡਰਾਵੇ ਵੱਡੇ ਵੀਰਾਂ ਵਾਲੀਏ ਨਹੀਂ ਜੜਦਾ ਜਿਹਦੇ ਆਵੇ ਕੋਕੇ ਕਰਕੇ ਕਿਹਦੀ ਸਾਡਰਾਵੇ ਵੱਡੇ ਵੀਰਾਂ ਵਾਲੀਏ ਨਹੀਂ ਜੜਦਾ ਜਿਹਦੇ ਆਵੇ ਕੋਕੇ ਕਰਕੇ ਖੱਪੀ ਫੜ ਵੀਰਾਂ ਇਸ ਪੈਣ ਸੁਣੀਦੀਏ खड़ गया गली चरी बहां फर गए बिगान वीरा इस पैण सुनिए जट खड़ गया गली चरी बहां फर गए
ਕਦੇ ਨੂੰ ਪੈਂਦੇ ਨਹੀਂ ਵੈਦੀ ਨਾਲ ਲੜਾਈ ਕਦੇ ਕੋੜੇ ਨਹੀਂ ਲੈਂਦੇ ਕੱਕੜਾਂ ਦੇ ਸ਼ੇਰਾਂ ਨਾਲ ਪੰਗੇ ਨਹੀਂ ਪੈਂਦੇ ਨਹੀਂ ਵੈਦੀ ਨਾਲ ਲੜਾਈ ਕਦੇ ਕੋੜੇ ਨਹੀਂ ਲੈਂਦੇ ਅੱਜ ਹੋ ਜੂ ਇੱਕ ਮਾਤਾ ਦੇ ਪਿੱਛੇ ਲੜਕੇ ਹੋ ਜੂ ਇੱਕ ਮਾਤਾ ਦੇ ਪਿੱਛੇ ਲੜਕੇ ਕੱਪੀ ਗਾਂਧੀ ਰਾਈ ਤੂੰ ਪੈਣ ਸੁਣੀ ਦੀਏ ਪਿਗਾਣ ਵੀ ਰਾਈ ਤੇ ਪੈਣ ਨੂੰ ਪੀਆ ਨਾ ਖੜ ਗਿਆ ਗੜੀ ਤੇਰੀ ਬਾਹ ਫੜ ਪਿਗਾਣ ਵੀ ਰਾਈ ਤੇ ਪੈਣ ਨੂੰ ਇਹ ਜੱਟ ਖੜ ਗਿਆ ਗੜੀ ਤੇਰੀ ਬਾਹ ਫੜ ਗਏ ਅੜੀ ਬੱਜ ਤੋਂ ਨਹੀਂ ਕੱਟ ਮੇਰੇ ਨਹੀਂ ਹੋ ਮੇਰੇ ਹੱਥ ਜੋੜ ਪਾ ਮਾਸ ਤੇਰੇ ਅੜੀ ਬੱਜ ਤੋਂ ਨਹੀਂ ਕੱਟ ਮੇਰੇ ਨਹੀਂ ਹੋ ਮੇਰੇ ਹੱਥ ਜੋੜ ਪਾ ਮਾਸ ਤੇਰੇ ਹੱਥ ਲੋਕਾਂ ਨੂੰ ਖਾਣਾ ਚ ਨੱਚ ਕੇ ਦੇ ਲੋਕਾਂ ਨੂੰ ਖਾਣਾ ਚ ਨੱਚ ਕੇ ਮੱਥਾ ਖੜਾ ਨਾ ਵੀਰ ਵੇਖ ਲੂਗਾ ਛੇਰੀ ਸਿਰ ਹੁਲਾ ਕੇ ਪੈਰਾਂ ਤੱਕ ਜਾਣ ਪਵੇਂ ਵੱਡੇ ਪੈਲੀ ਤੇ ਮੁਹੱਬਤ ਨਾਲ ਜੱਟ ਕਦੀ ਛੇਰੀ ਸਿਰ ਹੁਲਾ ਕੇ ਪੈਰਾਂ ਤੱਕ ਜਾਣ ਪਵੇਂ ਵੱਡੇ ਇੱਕ ਜਿਗਰਾ ਫੁਕੇ ਦਣੀ ਤੋੜ ਖੜਕੇ ਜਿਗਰਾ ਫੁਕੇ ਦਣੀ ਤੋੜ ਖੜਕੇ ਖੱਬੀ ਗਾਣ ਵੀ ਰਾਏ ਤੂੰ ਪੈਣ ਸੁਣੀ ਦੀਏ ਖੱਬੀ ਗਾਣ ਵੀ ਰਾਏ ਤੂੰ ਪੈਣ ਸੁਣੀ ਦੀਏ ਆਲਾ ਖੜ ਗਿਆ ਗਲੀ ਤੇਰੀ ਬਾਹ ਫੜ ਕੇ ਖੱਬੀ ਗਾਣ ਵੀ ਰਾਏ ਤੂੰ ਪੈਣ ਸੁਣੀ ਦੀਏ ਜੱਟ ਖੜ ਗਿਆ ਗਲੀ ਤੇਰੀ ਬਾਹ ਫੜ ਕੇ ਤਾੜੀ ਬਾਰੇ ਕੀ ਵਿਚਾਰ ਹੈ ਝੜਕੇ ਆ ਗਈ ਬਾਰ ਬਥੇਰੀ ਵਿੱਚ ਜੱਟਾ ਜਾਂ ਟਰੈਕਟਰ ਫੇਰੀ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਸਹੀ ਗੱਲ ਤਾੜੀ ਮਾਰ ਕੇ ਸੁਝਾ ਕਹਿੰਦੇ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਜਿਹਨੂੰ ਕੋਈ ਤੋੜੀ ਨਿਗਾਹ ਨਾ ਵੇਖੇ ਕਬਜ਼ਾ ਕਰਦੀ ਨਹੀਂ ਲਵੇ ਜੱਟ ਇੱਕ ਹੀ ਨਹੀਂ ਬਹਿੰਦਾ ਤੇ ਜੇ ਸ਼ੇਰਨੀ ਜੱਟੀ ਫੜ ਕੇ ਦਨਾੜੀਦਾਰ ਚੱਲੇ ਦੇਖਦੇ ਹੋ ਬਗਾਨਾ ਪੁੱਤ ਕਿਵੇਂ ਕਬਜ਼ਾ ਲੈ ਜੂ ਮੇਰੀ ਗੱਲ ਸੁਣੋ ਬੋਲਾਂ ਤੇ ਘੱਟ ਰੱਖੋ ਮੈਨੂੰ ਪਤਾ ਤੁਹਾਡਾ ਕੰਪੀਟੀਸ਼ਨ ਚੱਲ ਰਿਹਾ ਛੁੱਟੇ ਵੀ ਕੋਈ ਚੱਕਰ ਨਹੀਂ ਕਿਧਰੋਂ ਕਿਧਰੋਂ ਤਾਲੀ ਅਜੇ ਲੈ ਹੈਗੀ ਆ ਅੱਜ ਮੈਂ ਸ਼ੁਰੂ ਨਹੀਂ ਕੀਤੀ ਕੋਈ ਨੀ ਰਾਮ ਰਾਮ ਦੀਵਾ ਕੇ ਖੜੀ ਖਲੋਤੀ ਹਾੜੀ ਦੀ ਭਾਜੀ ਹੋ ਗਈ ਘਟੜੀ ਖੜੀ ਖਲੋਤੀ ਹਾੜੀ ਦੀ ਭਾਜੀ ਨਵੀਂ ਸ਼ਰੀਫਾ ਜਾੜੀ ਪਰਦੇ ਹੁੰਦੇ ਜੱਟੀਏ ਜਿਹੜੇ ਕਦੇ ਨਾ ਗੱਜਣ ਫਰਦੇ ਹੁੰਦੇ ਜੱਟੀਏ ਜਿਹੜੇ ਕਦੇ ਨਾ ਗੱਜਣ ਨੀ ਉਹ ਜਦੋਂ ਤੂੰ ਪਿਤਾ ਮਹਾਰਾਜ ਦਾ ਛੱਡ ਕੇ ਭੱਜਣੀ ਉਹ ਜਦੋਂ ਤੂੰ ਪਿਤਾ ਮਹਾਰਾਜ ਦਾ ਛੱਡ ਕੇ ਭੱਜਣੇ ਤੂੰ ਜੇ ਆਪਣਾ ਵਾ ਕੋਈ
ਜੇ ਵੇਖੇ ਜਦੋਂ ਫਿਸਣੀਆਂ ਨਾਸਾਂ ਕਾਹ ਜੁੱਤੀਆਂ ਪਾਈ ਜੇ ਵੇਖੇ ਜਦੋਂ ਫਿਸਣੀਆਂ ਨਾਸਾਂ ਕੀ ਮੁਸ਼ਕੀ ਕਾਰੂ ਜੋ ਲੜਕੇ ਦੋ ਰਗੜਨੀ ਹੋ ਜੇ ਕੁਝ ਵੀ ਦਮਾਵਾਂ ਦਾ ਛੱਡ ਕੇ ਭੱਜਣੀ ਜਦੋਂ ਤੁਸੀਂ ਕੀ ਦਮਾਵਾਂ ਦਾ ਛੱਡ ਕੇ ਭੱਜਣੇ ਆਜਾ ਇੱਕ ਤਾੜੀ ਲਾ ਲਓ ਬਾਬਾ ਜੀ ਦੇ ਨਾਂ ਤੇ, ਇੱਕ ਤਾੜਾ ਮਾਰੋ ਟੈਮ ਟੀਵੀ ਵਾਲਿਆਂ ਦੇ ਨਾਲ। ਲਾ ਵੀ ਮੈਂ ਨਵਾਂ ਗੀਤ ਤੁਹਾਨੂੰ ਸੁਣਾਉਣ ਲੱਗਿਆ, ਰਿਕਾਰਡ ਕਰਨਾ ਅਜੇ, ਜੇ ਚੰਗਾ ਲੱਗੂਗਾ ਮੈਨੂੰ ਦੱਸ ਦਿਓ, ਮੈਂ ਰਿਕਾਰਡ ਕਰ ਦੂੰਗਾ। ਉਹਦਾ ਨਾਂ ਹੈ ਕਾਲੀ, ਲਿਖਿਆ ਵੀ ਤੁਹਾਡੇ ਵੀਰ ਦਾ, ਕਾਲੀ ਗੀਤ ਹੈ, ਬੜਾ ਪਸੰਦ ਕਰਾਉਂਦਾ ਮੁੰਡੇ ਖਾਸ ਕੇ। ਇਹ ਇਕੱਲਾ ਮੁੰਡਿਆਂ ਨੂੰ ਵੀ ਪਸੰਦ ਆਉਣਾ, ਇਹ ਬੁੱਢਿਆਂ ਨੇ ਵੀ ਕਰਨਾ ਬੜਾ ਪਸੰਦ। ਜੇ ਚੰਗਾ ਲੱਗੂ ਤਾੜੀ ਨੂੰ ਮਾਰ ਦਿਓ। ਕਾਲੀ ਗੀਤ ਲੈ ਕੇ ਹਾਜ਼ਰ ਹੋਣਾ ਗਿਆ ਦੂਜੇ ਤੋਂ ਦਰਬਾਰੀ ਕੱਕਾ। ਮਿੱਤਰੋ ਇੱਕ ਮੁਟਿਆਰ ਥੋੜਾ ਬੇਸ ਘਟਾ ਕੇ ਨਾ ਰਿਪੀਟ ਦੇ ਹੱਥ ਰੱਖ, ਬੇਸ ਪਹਿਲੋਂ ਮੇਰਾ ਬੜਾ ਬਣਿਆ ਹੋਇਆ। ਇੱਕ ਮੁਟਿਆਰ ਉਸ ਆਪਣੇ ਗੱਭਰੂ ਜਿਹਦੇ ਨਾਲ ਲਵ ਕਰਦੀ ਹੈ, ਉਹਦੀਆਂ ਤਰੀਫਾਂ ਕਰਦੀ ਹੈ ਆਪਣੀਆਂ ਸਹੇਲੀਆਂ ਦੇ ਕੋਲ, ਵੀ ਕਿੱਦਾਂ ਦਾ ਵਾ, ਕਿਵੇਂ ਰਹਿੰਦਾ, ਕੀ ਖਾਂਦਾ, ਕੀ ਪੀਂਦਾ, ਜਾਂ ਮੇਰੇ ਨਾਲ ਕਿੰਨਾ ਕੀ ਕਰਦਾ। ਕਿਉਂਕਿ ਜਿਹੜੇ ਗੱਭਰੂ ਹੁੰਦੇ ਹੋ ਉਹ ਵੀ ਆਪਣੇ ਗਰਲਫ੍ਰੈਂਡ ਦੀਆਂ ਤਰੀਫਾਂ ਕਰਦੇ ਹੁੰਦੇ ਆ, ਤੇ ਕੁੜੀਆਂ 'ਚ ਕੁੜੀਆਂ ਕਰਦੇ ਹੁੰਦੇ ਆ। ਕੀ ਕਹਿੰਦੇ ਆ ਲੈ ਕੇ ਹਾਜ਼ਰਾਂ ਦੇਖੋ, ਕਹਿੰਦੀ ਕਿਹੋ ਜਿਹਾ ਹੁਣ ਲੀਡਰ ਰਹਿੰਦੇ ਰਹਿੰਦਾ ਪੱਕਾ ਯਾਰਾਂ ਦਾ ਨੀ ਯਾਰ, ਹਰ ਨਿੱਕੇ ਵੱਡੇ ਨਾਲ ਪੂਰਾ ਰੱਖਦਾ ਪਿਆਰ, ਉਹਦੀ ਬਾਜ ਵਾਲੀ ਅੱਖ ਨਹੀਂ ਉੱਡਰਦਾ ਕਿਸੇ ਤੋਂ, ਉਹਦੀ ਬਾਜ ਵਾਲੀ ਅੱਖ ਨਹੀਂ ਉੱਡਰਦਾ ਕਿਸੇ ਨੂੰ, ਰੱਖੇ ਰੱਬ ਤੇ ਯਕੀਨ। ਜੇ ਚੰਗਾ ਲੱਗਾ ਫਿਰ ਤਾੜੀ ਮਾਰ ਦਿਓ। ਉੱਠ ਕੇ ਚਾਹ ਨਾ ਸਵੇਰੇ ਦੰਦੀ ਵੱਢ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਰ, ਮੇਰਾ ਧਿਆਨ ਜੇ ਚੰਗਾ ਲੱਗਾ ਤੜ ਲਓ ਫਿਰ ਅੱਗੇ ਸੁਣਾਊਂਗਾ, ਇਹ ਮੈਨੂੰ ਉਹਦਾ ਹਿੱਟ ਜਾਣਾ ਕਿ ਆ ਜਾਓ ਵੀ ਮਿੱਤਰੋ। ਛੋਟਾ ਭਰਾ ਤਾਲੀ ਲਾਓ ਇਹਨਾਂ ਦੇ ਕੋਲ।
ਸਾਊਂਡ ਕਿਹੜੇ ਕਿਹੜੇ ਆ ਨੀਕ ਰੱਖੀ ਲੱਦੀ ਜੀਬ ਤੁਜੀ ਰੱਖੀ ਕਾਲੀ ਘੋੜੀ ਕਰ ਕਰਾਵਾ ਦੀ ਆਲੀ ਦੁੱਖ ਪੁੱਤਰਾਂ ਦੀ ਜੜੀ ਨੀਕ ਰੱਖੀ ਲੱਦੀ ਜੀਬ ਇੱਕ ਰੱਖੀ ਕਾਲੀ ਘੋੜੀ ਕਰ ਕਰਾਵਾ ਦੀ ਆਲੀ ਦੁੱਖ ਪੁੱਤਰਾਂ ਦੀ ਜੜੀ ਉਂਝ ਤਾਂ ਮੈਂ ਪਿੰਡੂ ਜਿਹਾ ਜੱਟ ਕੁੜੀ ਆ ਮੇਰੇ ਬਰਾ ਦੇ ਸਿੰਘਿਆ ਜੱਟ ਕੁੜੀ ਉਹਨੇ ਕਦੇ ਪਾ ਲੈਂਦਾ ਜੀਨ ਉੱਠ ਕੇ ਚਾਰਾ ਚਾਰਾ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਉੱਠ ਕੇ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਐਡਰੈਸ ਦੇਣ ਲੱਗੇ ਨਹੀਂ ਕਹਿੰਦੀ ਰਹਿੰਦਾ ਕਿੱਥੇ ਗੁਰੂ ਨਗਰ ਹੀ ਰਹਿੰਦਾ ਤੇਰੇ ਦਿਲ ਦਾ ਮੈਂ ਰਾਜਾ ਪ੍ਰੀਤੀਏ ਕਹਿੰਦਾ ਤੇਰੇ ਦਿਲ ਦਾ ਮੈਂ ਰਾਜਾ ਕੁੜੀਓ ਤੂੰ ਮੇਰੇ ਦਿਲ ਦੀ ਕਵੀਰ ਉੱਠ ਕੇ ਚਾਰਾ ਚਾਰਾ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਉੱਠ ਕੇ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਉੱਠ ਕੇ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਉੱਠ ਕੇ ਸਵੇਰੇ ਨਦੀ ਵੱਟ ਲੈਂਦਾ ਇਹਨੇ ਮੁੰਡਾ ਕਾਲੀ ਦਾ ਸ਼ਕੀਨ ਧੰਨਵਾਦ ਹੁਣ ਥੋੜ੍ਹਾ ਭੈਣਾਂ ਲੱਗੀ ਸੁਣਾ ਰਹੀ ਹੈ ਥੋੜ੍ਹਾ ਸੈਡ ਕਰਦੀ ਇਹਨਾਂ ਨੂੰ ਕਿ ਡਿਊਟ ਡਿਊਟ ਸੁਣਨਾ ਚਲੋ ਚੌਥਾ ਪਹਿਲਾਂ ਸਾਨੂੰ ਉੱਥੇ ਕੀ ਲੈਣ ਜਾਵਾਂ ਮੈਂ ਕੁੱਲੀ ਦੇ ਮਾਰੇ ਬਿਸਕੁਟ ਖਾਣ ਉੱਤੇ ਭੁਜੀਆ ਸੁੱਟ ਦੇਣਗੇ ਸਾਰੇ ਨਿਆਣੇ ਉੱਤੇ ਛੱਡ ਦਿੰਦੇ ਜੇ ਨਿਆਣੇ ਤਾਂ ਆਪਾਂ ਤਾਂ ਛੱਡੀਦੇ ਆ ਜਿਹੜਾ ਫੁੱਫੜ ਆ ਉਹਨੂੰ ਖਾਣ ਦੀ ਅਕਲ ਹੈ ਨੀ ਖਿਲਾਰ ਦਿੰਦਾ ਨਿਆਣੇ ਸਮੇਟ ਲੈਂਦੇ ਆ ਮਿਰਜ਼ਾ ਫੁੱਫੜ ਨੂੰ ਖਾਣ ਦੀ ਅਕਲ ਹੈ ਨੀ ਸਾਰੀ ਤੁਹਾਡੇ ਟੱਬਰ ਨੂੰ ਖਾਣ ਦੀ ਅਕਲ ਫੁੱਫੜ ਨੂੰ ਹੈ ਨੀ ਇੱਧਰ ਸੁਣੋ ਇਹਨੂੰ ਵੀ ਫੁੱਫੜ ਦਾ ਮਤਲਬ ਭੁਜੀਆ ਹੁੰਦਾ ਵਾ ਬਿਸਕੁਟ ਹੁੰਦੇ ਉੱਲੀ ਦੇ ਮਾਰੇ ਇੱਧਰ ਸੁਣ ਜਿਹਦਾ ਨਿਆਣੇ ਦਾ ਚੱਲ ਜੇ ਘਰੇ ਫੁੱਫੜ ਮੂੰਹ ਭਰ ਜਾਂਦਾ ਫੁੱਫੜ ਜਦੋਂ ਚੱਲ ਜਾ ਨਿਆਣੇ ਦਾ ਘਰੇ ਫੁੱਫੜ ਪਤੀਲੇ 'ਚ ਪਾ ਦਿਓ ਪਾਣੀ ਉੱਤੇ ਦੇ ਦਿਓ ਢੱਕਣ ਉੱਤੇ ਰੱਖੋ ਕੜਛੀ ਥੱਲੇ ਪਾ ਲਓ ਗੈਸ ਅਤੇ ਵਿੱਚ ਪਾ ਦਿਓ ਆ ਬਾਕੀ ਸਾਰਾ ਆਪਾਂ ਕੰਮ ਕਰ ਲਾਂਗੇ ਠੀਕ ਹੈ ਗੈਸ ਵੀ ਬਾਲ ਲਾਂਗੇ ਪਤੀਲਾ ਵੀ ਰੱਖ ਦਾਂਗੇ ਅਤੇ ਵਿੱਚ ਕੀ ਤੇਰਾ ਹੱਥ ਵੱਢ ਕੇ ਪਾ ਦਈਏ ਕਿਹੜੇ ਮੂੰਹ ਆਪ ਸਾਰਾ ਟੱਬਰ ਟੁੰਡਿਆ ਨਾ ਮੈਨੂੰ ਵੀ ਕਰ ਦਿਓ ਹੋ ਤੇਰੇ ਤੋਂ ਹੱਥ ਪਾਈ ਤੇ ਇੱਧਰ ਆਪਣੇ ਨਾਲ ਲੈਂਦਾ ਵਾ ਹੱਥ ਨਹੀਂ ਵੜ ਦੋ ਪ੍ਰਾਹੁਣੇ ਦੇ ਇੱਧਰ ਮੇਰੀ ਹੁਣ ਤਰਪਾ ਲੈਗਾ ਆ ਨਹੀਂ ਆ ਕਿਤੇ ਇਹ ਜਦੋਂ ਪ੍ਰਾਹੁਣਾ ਚੰਗੇ ਘਰ ਤੁਹਾਡੇ ਅੱਜ ਤੋਂ ਬਾਅਦ ਘਰ ਨੂੰ ਸਮਝਾ ਦੀ ਅਤੇ ਆਉਂਦੇ ਹੀ ਅਜੇ ਗੇੜ ਦੇ ਹੋਵੇ ਉਹਨੂੰ ਚਾਹ ਹੀ ਚੜ੍ਹ ਜਾਣ ਵੇਖ ਕੇ ਪਤਾ ਕੀ ਪਤੀਲੇ 'ਚ ਪਾ ਦੋ ਪਾਣੀ ਹੈ ਥੱਲੇ ਪਾ ਲਓ ਅੱਗ ਉੱਤੇ ਦਿਓ ਢੱਕਣ ਅਤੇ ਵਿੱਚ ਪਾ ਦੋ ਹੁਣ ਤਾਂ ਮੈਨੂੰ ਪੱਕਾ ਪਤਾ ਲੱਗ ਗਿਆ ਜਾਂਦੇ ਪ੍ਰਾਹੁਣੇ ਦੇ ਕੱਪੜੇ ਪਾੜ ਦਈਏ ਬੜੇ ਉਹ ਨਾਗੇ ਦੀ ਕੁੜੀਏ ਆਪਣੇ ਪ੍ਰਾਹੁਣੇ ਪਾੜ ਦੋ ਮੇਰੇ ਨਵੇਂ ਤੇਰੇ ਵਾਂਗੂ ਥੋੜਾ ਓਏ ਹੈ ਤੇਰੇ ਮੈਂ ਦੱਸਦਾ ਹੁਣ ਤੇਰੇ ਪਰ ਲੱਗਣਾ ਕਿਤਨਾ ਨਹੀਂ ਪੜਗਾ
ਤੁਹਾਡੇ ਕੰਨ ਦੋ ਭੱਜੇ ਫਿਰਦੇ ਹੀ ਚਿੱਟੇ 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 ਆਹੋ ਏਦਾਂ ਵੇਖੀ ਮੇਰੀ ਗੱਲ ਸੁਣ ਮੈਨੂੰ ਸਾਲ ਹੋ ਗਿਆ ਤੇਰੇ ਪੇਕੇ ਗਈ ਨੂੰ ਮੈਨੂੰ ਤਾਂ ਪਤਾ ਨੀ ਕੀ ਭੱਜਾ ਫਿਰਦਾ ਤੈਨੂੰ ਕਿੱਦਾਂ ਪਤਾ ਮੈਂ ਫਿਰ ਛੋਟੀ ਨੂੰ ਕਿਹੜੇ ਮਿਲਣ ਚਾਹੀਦਾ ਤਾਂ ਉਹਨੇ ਮੈਨੂੰ ਖੜਦਾ ਤੂੰ ਨਾਲ ਹਨਾ ਅੱਛਾ ਮੇਰੀ ਗੱਲ ਸੁਣ ਸਾਡੇ ਘਰ ਦੋ ਕੀ ਭੱਜਾ ਫਿਰਦਾ ਹੋਊਗਾ ਦੋ ਭੱਜੇ ਫਿਰ ਇੱਧਰ ਹੀ ਮੈਨੂੰ ਯਾਦ ਕਰਨਾ ਪੈਣਾ ਹੁਣ ਅੱਛਾ ਯਾਦ ਆਇਆ ਮੈਨੂੰ ਕਰ ਦੇਣਗੇ ਮੈਨੂੰ ਇੱਕ ਗੱਲ ਦੱਸ ਤੂੰ ਖਾ ਲੈਂਦਾ ਸੱਚੀ ਸਾਡੇ ਘਰ ਤਾਂ ਦੋ ਕੁੱਤੇ ਭੱਜੇ ਫਿਰਦੇ ਆ ਖਾਣੇ ਆ ਗੱਲ ਸੁਣੋ ਇਤਰਾ ਕਿੱਥੇ ਠੁੱਕਿਆਂ ਦੀ ਕੁੜੀ ਜਿਹੜਾ ਬਾਹਰ ਕਿੱਥੇ ਪੈ ਗਿਆ ਕੋਲੇ ਕਲੈਣੇ ਏਡਾ ਕੰਜਰਾਂ ਨੇ ਬਾਜ ਮੈਨੂੰ ਚੜਾਇਆ ਆ ਬੈਠਾ ਜੀ ਕਿਹੜੇ ਮੁੜ ਪਿਆ ਜੀ ਚੱਪੜੀ ਚ ਨੱਕ ਦੋ ਲੋ ਕੰਜਰ ਮਰ ਜਾਂਦੇ ਨਹੀਂ ਰੱਖਿਆ ਵਾਸਤੇ ਉਹ ਮੇਰੀ ਗੱਲ ਸੁਣ ਕਲਪਤਾ ਬੜੀ ਛੇਤੀ ਆ ਆਪਣੀ ਭੈਣ ਨੂੰ ਮਿਲਣਾ ਤੇ ਦੁੱਧ ਆ ਗਿਆ ਮੇਰੇ ਪੇਕੇ ਜਾਣਾ ਤੇ ਤੈਨੂੰ ਪੀੜ ਪੈ ਜਾਂਦੀ ਆ ਮੇਰੀ ਭੈਣ ਨੇ ਆਉਂਦੇ ਮਾਣ ਕੀਤਾ ਰੁਪਈਆ 500 ਤੇਰੇ ਮੱਥੇ ਮਾਰੇ ਆਉਂਦੇ ਤੈਨੂੰ ਉਹ ਕੀ ਕਰਦੇ ਉਹ ਤੇ ਕਹਿੰਦੇ ਭਾਈਆ ਆਇਆ ਤਾਂ ਰੁਪਈਆ 100 ਕੱਢੀਆਂ ਭੁਜੀਆ ਲਿਆਈਏ ਹੋਰ ਭਈਏ ਆਪਾਂ ਤਾਂ ਹੈਗੇ ਵੈਸ਼ਨੋ ਆਪਾਂ ਨਹੀਂ ਖਾਂਦੇ ਠੀਕ ਆ ਆਪਾਂ ਵੈਸ਼ਨੋ ਸਾਡੇ ਘਰ ਤੇ ਕਬੂਤਰ ਨੂੰ ਹੀ ਛੱਡਦੇ ਤੂੰ ਤੁਸੀਂ ਪਾਲੇ ਆ ਜਾਣਾ ਤਾਂ ਤੈਨੂੰ ਪੈਣਾ ਹੀ ਆ ਪਾਵਾਂ ਰੋਜ ਵਾਸਤੇ ਤੇਰੇ ਨਹੀਂ ਬਹੁਤੀ ਮਿੰਨਤ ਕਰਾਈ ਨਹੀਂ ਭੈੜੀ ਬੂਥੀ ਬਣਾਈ ਕਹਿੰਦੇ ਵੇਲਾ ਹੁਣ ਕੀ ਕਹਿੰਦੀ ਕਹਿੰਦੀ ਭੈੜੀ ਬੂਥੀ ਬਣਾ ਇਹਨੂੰ ਮੈਂ ਤੱਕ ਸਰ ਬਣਾਇਆ ਸੀ ਬੂਥੀ ਤੇ ਮਰੀ ਹਾਂ ਉਹ ਤਾਂ ਆਮ ਮਰਜ਼ੀ ਲੱਗੀ ਆ ਹਾਏ ਜੇ ਮੇਰਾ ਵਿਆਹ ਨਾ ਇਹਨਾਂ ਕੀਤਾ ਮੈਂ ਤੂੰ ਵਾਲੀ ਦਵਾਈ ਖਾ ਕੇ ਮਰ ਜਾਣਾ ਫਿਰ ਉਹ ਕਹਿੰਦੀ ਬੂਥੀ ਮਰੀ ਆ ਉਦਾਂ ਚੰਗੀ ਸੀ ਹੁਣ ਵੰਨ ਸਵੰਨੀ ਬਣਾਉਣ ਲੱਗ ਪਿਆ ਮੈਨੂੰ ਪਤਾ ਉਦੋਂ ਚੰਗੀ ਸੀ ਹੁਣ ਤੇ ਨੋਚ ਨੋਚ ਖਾ ਗਏ ਆ ਸਾਰੇ ਸ਼ਦਾਈ ਦਾ ਟੱਬਰ ਨਹੀਂ ਬਹੁਤੀ ਮਿੰਨਤ ਕਰਾਈ ਦੀ ਹੰਦੇ ਸੋਹਣੇ ਦੇ ਪਿੰਡ ਸੇਵਾ ਵੇਖੀ ਖੁੱਲ ਚਲਾਈ ਬੱਲੇ ਬੱਲੇ ਮਜ਼ਾ ਹੀ ਆਤਾ ਬੀਬਾ ਗੱਲ ਸੁਣ ਆ ਸੇਵਾ ਦੋ ਤਰ੍ਹਾਂ ਦੀ ਸੀ ਤੂੰ ਕਿਹੜੀ ਕਰਾਉਣੀ ਆ ਹੈ ਕਿਹੜੀ ਕਿਹੜੀ ਹੁੰਦੀ ਇੱਕ ਤੇ ਹੈਗੀ ਜੀ ਮੈਂ ਪ੍ਰਾਹੁਣਾ ਚੰਗਾ ਫਿਰ ਤੇ ਕਹਿੰਦੇ ਪ੍ਰਾਹੁਣਿਆਂ ਆ ਪ੍ਰਾਹੁਣਿਆਂ ਜਾ ਪ੍ਰਾਹੁਣਿਆਂ ਦੇ ਪ੍ਰਾਹੁਣਿਆਂ ਖਲੋ ਤੇ ਪ੍ਰਾਹੁਣਿਆਂ ਲੰਮੇ ਵਿੱਚ ਚਿੱਟੀ ਚਾਦਰ ਤੇ ਹੈ ਤੇ ਜੀ ਹੋਵੇ ਪ੍ਰਾਹੁਣਾ ਉਦਾਂ ਦਾ ਹੀ ਪਿੰਡੋਂ ਪੈਗ ਲਾ ਕੇ ਤੁਰੇ ਤੇ ਫਿਰ ਤਾਂ ਸਿੱਧੀ ਪ੍ਰਾਹੁਣਿਆਂ ਠੱਪ ਪ੍ਰਾਹੁਣਿਆਂ ਠਾਵਾ ਪ੍ਰਾਹੁਣਿਆਂ ਫਿਰ ਪਿੰਡਾਂ ਇਹਨੂੰ ਪੁੱਛੀਏ ਨਾ ਉਹ ਕੰਦਿਆ ਬੜੀਆਂ ਐਨਕਾਂ ਉਣਕਾਂ ਲਾ ਕੇ ਗਿਆ ਹੁਣ ਕਿਹਾ ਉਹ ਅੱਖਾਂ ਵਿੱਚ ਬੜੀਆਂ ਗੱਲਾਂ ਬਾਹਰ ਆਈਆਂ ਫਿਰਦੀਆਂ ਇਹ ਕਹਿੰਦਾ ਕਰਨਾ ਕੀ ਯਾਰ ਸੁਲਤਾਨਪੁਰ ਲੋਧੀ ਜਾ ਕੇ ਨਾ ਮੋਟਰਸਾਈਕਲ 'ਚ ਕੁੱਤਾ ਵੱਜ ਗਿਆ ਹਨਾ ਚੱਲੇ ਢੀਲੇ ਸਹੁਰੇ ਜਾ ਕੇ ਨੇ ਸਭ ਫੋਕੀ ਚ ਆਪਿਆ ਢੀਲੇ ਸਹੁਰੇ ਜਾ ਕੇ ਨੇ ਸਭ ਫੋਕੀ ਚ ਆਪਿਆ ਗੇ ਡੱਟ ਬੋਤਲ ਦਾ ਪੱਟ ਦੇ ਡੱਟ ਡੱਟ ਬੋਤਲ ਦਾ ਪੱਟ ਦੇ ਤੇਰੇ ਵੀਰ ਵੈਸ਼ਨੋ ਹਾਰ ਦੀ ਇੱਕ ਦੇ ਮੁਰਗਾ ਸ਼ਿਰਗ ਕੱਟ ਦੇ ਵੀਰ ਵੈਸ਼ਨੋ ਹਾਰ ਦੀ ਇੱਕ ਦੇ ਮੁਰਗਾ ਸ਼ਿਰਗ ਕੱਟ ਦੇ ਰਹਾ ਆਜਾ ਜੁੰਦਰੋ ਛੋਲੇ ਪੂੜੀਆਂ ਕਈ ਬਣਾਉਣਗੇ ਖਾਣੇ ਮਟਰ ਪਨੀਰ ਤੇ ਛੋਲੇ ਪੂੜੀਆਂ ਕਈ ਬਣਾਉਣਗੇ
ਹੋਇਆ ਬਲੇ ਨਜ਼ਾਰਾ ਹੀ ਆ ਗਿਆ ਭੈਣੇ ਚੱਲੀਏ ਇਹਨਾਂ ਦੇ ਮੇਰੇ ਸਹੁਰੇ ਤੂੰ ਵੀ ਨਾਲੇ ਹੋਇਆ ਆਂਡਿਆਂ ਤੇ ਦੇਸੀ ਘਿਓ ਪਾਉਣਾ ਦੇਸੀ ਉਹਦਾ ਕੜਾ ਹੈ ਤੇ ਘਿਓ ਕਿੰਨਾ ਕੁ ਪਾਓਗੇ ਵਿੱਚ ਜਿੰਨਾ ਕਹੋਗੇ ਹਾਏ ਹਾਏ ਅੱਧਾ ਕਿਲੋ ਪਾਉਂਦੇ ਪਰ ਉਹਦੀ ਤਾਕਤ ਆ ਜੂਗੀ ਕਦੋਂ ਯਾਰ ਕੱਲਾ ਘਿਓ ਵੀ ਕੀ ਸੱਖਣਾ ਕੀ ਕੱਲਾ ਕੀ ਪਾਉਣਾ ਵਿੱਚ ਉਹ ਪੋਲਾ ਪੋਲਾ ਵੀ ਪਾ ਦਿਓ ਕੀ ਹੁੰਦਾ ਸੋ ਗਈ ਵਿੱਚ ਖਰੋਟ ਵੀ ਪਾ ਦਿਓ ਬਦਾਮ ਵੀ ਗਰੀਆਂ ਲਾਚੀਆਂ ਲੌਂਗ ਕਾਜੂ ਬਦਾਮ ਸਭ ਕੁਝ ਪਾ ਦਿਓ ਸੁੰਡ ਪਾਉਣੀ ਨਾ ਭੁੱਲਿਓ ਹੈ ਮੇਰਾ ਲੱਕ ਦੁੱਧ ਨਾ ਤਾਂ ਕਰਕੇ ਬੱਲੇ ਭਾਈਆ ਬੱਲੇ ਭਾਈਆ ਬੱਲੇ ਭਾਈਆ ਕੜਾ ਖਾਣਾ ਹੀ ਆਪਣੀ ਮੈਂ ਨੀ ਫਟਰ ਮਾਝੀ ਜਿਹੜੀ ਉਹ ਵੇਚਤੀ ਆ ਗੱਲ ਦੀ ਚੱਲ ਕਿਸੇ ਕੰਮ ਤੇ ਆਈ ਚੱਲ ਮੇਰੀ ਗੱਲ ਸੁਣ ਇਹ ਕਹਿੰਦਾ ਵੀ ਦੇਸੀ ਘਿਓ ਤੇ ਪਾਉਣਾ ਪਾਉਣਾ ਥੋੜਾ ਪਾਵਾਂਗੇ ਕਿਉਂ ਕਿਤੇ ਪ੍ਰੋਬਲਮ ਨੂੰ ਕੀੜੀਆਂ ਨਾ ਚੜ ਜਾਣ ਹੋਰ ਭੈਣਾ ਕੋਈ ਚੀਜ਼ ਰਹਿ ਰਹੀ ਮੈਨੂੰ ਪੂਰੀਆਂ ਚੀਜ਼ਾਂ ਲਿਖਾ ਯਾਰ ਪੂਰੀਆਂ ਲਿਖ ਲਾ ਲਿਖਾਓ ਜੀ ਕਿੰਨਾ ਸੌਗੀ ਪਾ ਦਿਓ ਬਦਾਮ ਪਾ ਦਿਓ ਕਾਜੂ ਪਾ ਦਿਓ ਮਗਜ਼ ਪਾ ਦਿਓ ਛੁਆਰੇ ਪਾ ਦਿਓ ਗਿਰੀਆਂ ਪਾ ਦਿਓ ਲੌਂਗ ਲਾਚੀਆਂ ਪਾ ਦਿਓ ਉਹ ਵੀ ਪਾ ਦਾਂਗੇ ਨਾਲੇ ਕਹਿੰਦਾ ਸੁੰਡ ਜ਼ਰੂਰ ਪਾ ਦਿਓ ਸੁੰਡ ਵੀ ਪਾ ਦਾਂਗੇ ਇਹਦਾ ਲੱਕ ਦੁਖਦਾ ਨਾ ਉਹ ਭੈਣ ਇੱਕ ਚੀਜ਼ ਰਹਿ ਗਈ ਉਹ ਹੁਣ ਕੀ ਰਹਿ ਗਿਆ ਮੇਰਾ ਇਰਾਦਾ ਵਾ ਭੈਣ ਮੰਡਿਆ ਵੀ ਦੁਕਾਨ ਤੇ ਜਾਈਏ ਤੇ ਭਾਈਏ ਨੂੰ ਕੜਾ ਦੇ ਥੋੜਾ ਜਿਹਾ ਨੀਲਾ ਥੋਥਾ ਪਾ ਦਈਏ ਆਹੋ ਕੜਾ ਪੜਾਓ ਮੇਰੇ ਜਮੀਲਾ ਥੋਤਾ ਪਾਓ ਆਪਣੇ ਸਾਰੇ ਟੱਬਰ ਨੂੰ ਛਕਾਓ ਆ ਥੋੜਾ ਗੱਲ ਹਰ ਚੀਜ਼ ਆਪਣੇ ਟੱਬਰ ਨੂੰ ਪਾਈ ਜੀ ਤੈਨੂੰ ਭੁੱਖਾ ਭੇਜ ਦਈਏ ਉੱਥੋਂ ਯਾਰ ਤੂੰ ਉਹਨਾਂ ਚ ਨਹੀਂ ਰਹੀ ਹੁਣ ਤੂੰ ਸਾਡੇ ਟੱਬਰ ਚ ਆ ਗਈ ਆ ਜਾਂ ਤੇ ਕੱਟੀਆਂ ਕਿੜੀਆਂ ਲੜਦੇ ਉਹਨਾਂ ਦੇਸੀ ਘਿਓ ਦਾ ਕੜਾ ਤੇ ਬਾਸਮਤੀ ਦੇ ਚੌਲ ਪਰਾਣੇ ਲੱਗ ਸੁਣੀ ਮੇਰੀ ਆ ਬੜੇ ਗੰਦੇ ਮਟਰ ਪਨੀਰ ਛੋਲੇ ਪੂੜੀਆਂ ਕੜਾ ਇੱਕ ਗੱਲ ਦੱਸੇਗੀ ਪ੍ਰਾਹੁਣਾ ਸਹੁਰੇ ਚੜ੍ਹ ਕੇ ਸ਼ਰਾਧ ਖਾਣ ਚੱਲਿਆ ਸੀ ਤੇਰੀ ਮਾਂ ਦਾ ਸ਼ਰਾਧ ਆ ਉੱਥੇ ਜਨਾਨੀ ਜਿੰਨਾ ਮਰਜ਼ੀ ਕਹੇ ਪੇਕੇ ਜਾਣਾ ਪੇਕੇ ਜਾਣਾ ਕੱਲੀ ਨੀ ਭੱਜਣੀ ਕਦੇ ਵੀ ਨੀ ਕੱਲੀ ਕਦੇ ਨੀ ਜਾਂਦੀ ਜਦੋਂ ਜਾਣਾ ਨਾਲ ਹੀ ਜਾਣਾ ਕਹਿੰਦਾ ਕਿਉਂ ਇੱਕ ਕੁੜੀ ਨੇ ਖਾਣਾ ਮੂਵੀ ਮਸਲੀ ਮੇਰਾ ਨਾਲ ਪ੍ਰਾਹੁਣਾ ਗੇੜੂ ਜਾ ਕੇ ਕਹਿੰਦਾ ਲਿਆਓ ਲੈਗ ਲਿਆਓ ਪੈਗ ਲਿਆਓ ਆਲੂ ਵਾਲੇ ਲਿਆਓ ਵੇਖਿਆ ਤਾਂ ਫਿਰ ਚੌਥੇ ਗੜ ਕਹਿਣ ਦਿੰਦੇ ਆ ਪ੍ਰਾਹੁਣੇ ਆਪਣਾ ਝੋਨਾ ਝਰਾ ਲੱਗ ਗਿਆ ਹੈ ਕਿ ਕਿਸ ਹਿਸਾਬ ਨਾਲ ਜਾਵੇ ਅਤੇ ਮੇਰੇ ਅੱਗੇ ਪ੍ਰਾਹੁਣਾ ਢੀਠ ਆਉਂਦਾ ਬਥੇਰੇ ਭਈਏ ਸਾਡੇ ਨਾਲ ਤਾਂ ਅਸੀਂ ਕਰਨਾ ਅਸੀਂ ਤਾਂ ਵਿਹਲੇ ਹੀ ਘਰ ਜਾਣਾ ਇਸੇ ਰਹਿਣਾ
ਉਹਦਾ ਕੁੜੀ ਨੂੰ ਵੀ ਨਵੇਂ ਨੇ ਬੁਣ ਦਿੰਦੇ ਫਿਰ ਆਪੇ ਕਹਿੰਦੇ ਨੇ ਕੁੜੀ ਆਪਣੀ ਐ ਕੁੜੀਏ ਫਿਰ ਜਾਓ ਆਪਣਾ ਘਰ ਚੰਗਾ ਹੁੰਦਾ ਇਹ ਕੀ ਪਤਾ ਵੀ ਰੋਜ਼ ਵੇਲਣਾ ਗਿਰਦਾ ਵਾ ਕਿਸਾ ਨਾ ਜਾਵੇ ਤੂੰ ਪਰ ਇੱਕ ਗੱਲ ਸੁਣ ਲਓ ਮਿੱਤਰੋ ਧਿਆਨ ਨਾਲ ਭੈਣੋ ਹੁਣ ਗੁੱਸਾ ਨਾ ਕਰਿਓ ਇਸ ਗੱਲ ਦਾ ਮੇਰੀ ਦਾ ਮੇਰੀਆਂ ਭੈਣਾਂ ਮਾਫ਼ ਕਰ ਦਿਓ ਜਨਾਨੀ ਇਕੱਲੀ ਪੇਕੇ ਨਹੀਂ ਭੇਜਣੀ ਕਿਉਂ ਸਿਆਣੇ ਕਹਿੰਦੇ ਆ ਜਨਾਨੀ ਪੇਕੇ ਵੜੀ ਕਹਿੰਦਾ ਹੁਣ ਤੇ ਮੱਝ ਛੱਪੜ ਚ ਵੜੀ ਨਿਕਲਦੀ ਬੜੀ ਮੁਸ਼ਕਿਲ ਧਿਆਨ ਨਾਲ ਭੇਜਿਓ ਧਰਵੀਰ ਵੈਸ਼ਨੂੰ ਹਾਰਦੀ ਕਦੇ ਮੁਰਗਾ ਸ਼ੁਰੂ ਚਾਚਾ ਵੀ ਚੱਲਾ ਯਾਰ ਭੂਆ ਵੀ ਆਈ ਆ ਚੰਗਾ ਨੀ ਲੱਗਦਾ ਬੰਦਾ ਵੀ ਵਿਆਹ ਦੇ ਪਈ ਹੈ ਨਾ ਪਰ ਜਦੋਂ ਤਿੰਨ ਕੁ ਪੈਗ ਅੰਦਰ ਜਾਂਦੇ ਨਾ ਫਿਰ ਪਤਾ ਨੀ ਕਿਉਂ ਘੱਗਰਾਂ ਭੱਜ ਭੱਜ ਜਾਂਦੇ ਆ ਫਿਰ ਇਹ ਵੀ ਨੀ ਕਹਿੰਦਾ ਜਨਾਨੀ ਮੇਰੀ ਨਾਲ ਆਈ ਆ ਫਿਰ ਤੇ ਉਹ ਤੁਹਾਡੇ ਕਹਿੰਦਾ ਘਰ ਦੀ ਨੂੰ ਕਿਹਾ ਕਹਿੰਦਾ ਕਿੰਨੇ ਪੈਸੇ ਹੈਗੇ ਤੁਹਾਡੀ ਜੇਬ ਚ ਆਉਂਦਾ ਸਾਰਾ ਹੀ ਆ 600-700 ਰੁਪਈਆ ਹੋਵੇ ਉੱਥੇ ਜਾ ਕੇ ਤਾਂ 10,000 ਸੁੱਟਦਾ ਨਾ ਉੱਤੋਂ ਦੀ ਤੇ ਘਰ ਦੀਆਂ ਦੀ ਪੁੱਤ ਚੱਲ ਹਾਂ ਤੈਨੂੰ ਸਵੇਰੇ ਮੈਂ ਤੇਰੇ ਨਾਲ ਗੱਲ ਕਰੂੰ ਤੇਰੀ ਕੁੱਤੇ ਖੜੀ ਮੈਂ ਕਰਦੀ ਹੁਣ ਤੂੰ ਲਈ ਪੁੱਤ ਖਾ ਰੋਟੀਆਂ ਤੇ ਕਈ ਤੇ ਇਹੋ ਜਿਹਾ ਗਿਆ ਵੇਖ ਕੇ ਨੱਚਦੀਆਂ ਤੂੰ ਪੈਸੇ ਮੋਗੇ ਬੜੂਆ ਵੀ ਸੁੱਟਣ ਦੇ ਨਾਲ ਹੀ ਇਹ ਵੀ ਲੈ ਜਾਈਏ ਉਹ ਇਹ ਤਾਂ ਬੜੂਆ ਸੁੱਟਦਾ ਤੇ ਫਿਰ ਤੁਹਾਡੇ ਭਰਾ ਨੇ ਕੀ ਲਿਖਿਆ ਫਿਰ ਘਰ ਜਾ ਕੇ ਮਿਲਦਾ ਕਿੱਦਾਂ ਕਰਦਾ ਅਗਲੇ ਦਿਨ ਸਵੇਰੇ ਤੇ ਅੱਗੇ ਫਿਰ ਉਹ ਕਿੱਦਾਂ ਪੈਂਦੀ ਉਖਲੇ ਘਵਾੜੇ ਨੂੰ ਵੀ ਪਤਾ ਫਿਰ ਪੇਟ ਪਤਨ ਹੋਣ ਲੱਗ ਜਾਓ ਪਈ ਜਵਾਬ ਕੀ ਮੰਗਦਾ ਤੇ ਮਿਲਦਾ ਕੀ ਘਰ ਜਵਾਬ ਉੱਥੋਂ ਤਾਂ ਸਾਰਾ ਖਾਣਾ ਖਾ ਕੇ ਆਇਆ ਸੀ ਕੀ ਹੋ ਗਿਆ ਮੈਂ ਉੱਥੇ ਜ਼ਿਆਦਾ ਖਾਣੇ ਕਿ ਉਹ ਮੇਰੀ ਗੱਲ ਸੁਣ ਮੇਰਾ ਨਾ ਰਾਤ ਦਾ ਸਿਰ ਫਟੀ ਜਾਂਦਾ ਤੇਰੇ ਫਟੀ ਜਾਂਦਾ ਬੁਰਾ ਹਾਲੀ ਤੇ ਨਾਲੇ ਦੱਸਿਓ ਉਹ ਕਿਤੇ ਮੇਰਾ ਨਾ ਬਟੂਆ ਨੀ ਲੱਭਣ ਡਿਆ ਇਹੀ ਕਿਤੇ ਉਹਨੇ ਸੈਲ ਦੇ ਨਹੀਂ ਚੁੱਕਿਆ ਕਿਤੇ ਕੀ ਨਿਆਣਿਆਂ ਦੇ ਟੋੜੇ ਪਰੇ ਦਿੱਤਾ ਪਰਸ ਹਾਂ ਤੇਰਾ ਪਰਸ ਹਾਂਜੀ ਸਾਨੂੰ ਪੁੱਛਣ ਦੇ ਹਾਂਜੀ ਕਿਉਂ ਜਾ ਕੇ ਪੁੱਛ ਉਹਨੂੰ ਜਿਹਦੇ ਉੱਤੇ ਸਾਰੇ ਨੋਟ ਸੱਟ ਕੇ ਆ ਗਿਆ ਕਿਤੇ ਨਾਲ ਹੀ ਬਟੂਆ ਵੀ ਕਿਤੇ ਡਾਂਸਰ ਤੇ ਅਜੇ ਕੱਲ ਕਿਸੇ ਵਿੱਚ ਪਾਇਆ ਸੀ ਇਹ 7,000 ਰੁਪਏ ਕਾਇਆ ਚੰਗਾ ਹੋਇਆ ਨਾਲੇ ਮੇਰੀ ਗੱਲ ਸੁਣ 6-7,000 ਕਿ 6-700 6-7,000 ਯਾਰ ਮੈਂ ਕੱਲ ਤੇਰੇ ਕੋ ਪੈਸੇ ਪੁੱਛੇ ਸੀ ਨਾ ਤੂੰ ਆਖਿਆ ਸੀ ਮੇਰੇ ਕੋ 500 ਰੁਪਈਆ ਹੀ ਆ ਆ ਬਾਅਦ ਵਿੱਚ ਫੜ ਕੇ ਲਿਆਦੇ ਧਾਰ ਕਾਹਦੇ ਲਈ ਕਾਹਦੇ ਲਈ ਉਹ ਮੈਂ ਦੇਖਾ ਚੰਨਿਆਂ ਦੇ ਨਿਕਰ ਰੁਕਣ ਲਾਂਗੇ ਤਾਂ ਸਾਡੇ ਉੱਥੇ ਛੁੱਟੇਗੇ ਆ ਕਿਹੜੀਆਂ ਨਿਕਰ ਵਾਲੀਆਂ ਸੀ ਉਹ ਤਾਂ ਨਿਕਰਾਂ ਹੀ ਕਾਦੀਆਂ ਸੀ ਤੇ ਮੈਂ ਨੀ ਸੁੱਟਦਾ ਮੈਨੂੰ ਤਾਂ ਲੋੜ ਹੀ ਨੀ ਉੱਥੇ ਮੈਨੂੰ ਨੀ ਲੋੜ ਸੀ ਤੈਨੂੰ ਥੋੜਾ ਲੋੜ ਨਾ 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 ਆ ਜਿਹੜੇ ਨਾਲ ਗਏ ਨਾ ਮੇਰੇ ਨਾਲ ਭਾਂਡਾ ਫਿਰ ਕਿੱਥੇ ਭੱਜ ਜਾਂਦਾ ਜਿਹੜੇ ਨਾਲ ਗਏ ਨਾ ਚੁੱਕ ਚੁਕਾ ਕੇ ਮੈਨੂੰ ਉੱਥੇ ਲੈ ਗਏ ਸੀ ਝੂਠ ਨਾ ਬੋਲਿਆ ਕਰ ਆ ਜੋਬਨ ਬਿੱਲਾ ਨਹੀਂ ਹੂੰ ਇਹਦਾ ਬਿੜਾ ਗਰਕ ਹੋ ਗਿਆ ਇਹਨੇ ਖੜਿਆ ਮੈਨੂੰ ਡਾਂਸਰ ਦੇ ਕੋਲ ਉੱਥੇ ਤੇ ਫਿਰ ਸੁੱਟੇ ਪਏ ਤੂੰ ਤਾਂ ਜਾਂਦਾ ਹੀ ਨਹੀਂ ਆਪਣੇ ਹੱਡ ਵਿੱਚ ਹੀ ਲਿਖਦੇ ਲੋਕ ਜਾ ਕੇ ਕਿਸੇ ਵਿੱਚ ਪਾਇਆ ਸੀ 6-7,000 ਮਗਾਇਆ ਸਰਦਾਰ
ਔਖਾ ਕਰਾ ਅਰਸ਼ਦੀਪ ਅਸ਼ੇਵਾ ਅਰਸ਼ਦੀਪ ਅਠਵਾਲ ਜੀ 100 ਰੁਪਏ ਮੰਗ ਕਰਦੇ ਤੁਹਾਡੇ ਜੀ ਠੀਕ ਮਿਹਰਬਾਨੀ ਲਓ ਮਿੱਤਰੋ ਮੋਢੇ ਆਵੇ ਸੋਨਾ ਲਿਖਾ ਵਾਲਿਆ ਮੋਢੇ ਆਵੇ ਸੋਨਾ ਲਿਖਾ ਵਾਲਿਆ ਬਾਈ ਦੀ ਫਰਮਾਇਸ਼ ਨੇ ਕਿਆ ਸੁਣ ਗਏ ਸੋਨਾ ਲਿਖਾ ਸੋਨਾ ਕੇ ਟਰੈਕਟਰ ਘੇਰਨਾ ਦੇਖ ਲੈਂਦੇ ਯਾਰਾ ਮਿਲੋ ਸੋਨਾ ਲਿਖਾ ਸੱਟਦਾ ਸਾਗਰ ਮੋਟਰਾਂ ਨੂੰ ਵੱਧ ਜਿਹੜਾ ਨੱਠਦਾ ਨੀ ਵੱਧ ਜਿਹੜਾ ਨੱਠਦਾ ਇਹ ਬੜੇ ਸ਼ੌਕ ਨਾਲ ਦੋ ਸ਼ੀਸ਼ੇ ਲਏ ਬੜੇ ਸ਼ੌਕ ਨਾਲ ਦੋ ਸ਼ੀਸ਼ੇ ਲਏ ਸ਼ੀਸ਼ਾ ਨਾ ਬਦਲੇ ਦਵਾਲੇ ਹੋ ਮਿੱਤਰਾਂ ਦੇ ਨਾਲ ਲੱਗ ਸੱਜਣਾ ਦੇ ਨਾਲ ਲੱਗ ਮਿੱਤਰਾਂ ਦੇ ਨਾਲ ਲੱਗ ਬੈਠ ਜਾ ਗੱਲਾਂ ਮੈਂ ਕਰਾ ਦੂ ਹਵਾ ਨਾਲ ਮਿੱਤਰਾਂ ਦੇ ਨਾਲ ਲੱਗ ਬੈਠ ਜਾ ਗੱਲਾਂ ਮੈਂ ਕਰਾ ਦੂ ਹਵਾ ਨਾਲ ਜਮਾ ਕਰਾ ਦੀ ਉੱਤੇ ਬੈਠ ਜਾ ਗੱਲਾਂ ਮੈਂ ਕਰਾ ਦੂ ਹਵਾ ਨਾਲ
ਲੱਗ ਬੈਠ ਜਾ ਗੱਲਾਂ ਤੇਰਾ ਸੁਹਾਵਾ ਨਾਲ देशी तकनीक से तैयार दूसरों के मुकाबले कम लोड लेने वाला जमीन को उपजाऊ बनाता है, हर किसान के चेहरे पर रौनक लाता है। सरदार रोटावेटर प्रोग्राम रंग पंजाब दे लाइव अखाड़ा अपने पिंडियां शहर विच सभ्याचारक मेले दी लाइव शूटिंग अते कलाकार वीर अपने अखाड़े दी लाइव शूटिंग करवाउण लई संपर्क करो 9463885524 रह गया पुत बगाना नी मैंने तेनू पहन कीड़े छट के चलनी है गरीब बंदे भाई इन्ना गला ही कट सकता थले तगड़ा मारन दिया दावा थले गला ही निकल दी गरीब बंदा भाई ये गरीब अशक है ब्याह करा के चली आ पराली दे ढेबे दिया लेके पी के ते गला किन्ना ते आए प्रीतिया मर जे च लगी आ की कहना तेनू कीड़े अंदा पैना है यार बदल कितना हुंदा ਤਾਰਾਂ ਨਾਲ ਉਹ ਬਦਲਾਉਂਦਾ ਜੇ ਜੇ ਮਰ ਗਿਆ ਤੁਹਾਡੇ ਖਿਲਾਫ ਹੋਣੇ ਪੈਰ ਫੂਟ ਮੇਰਾ ਕੱਖ ਨਹੀਂ ਮੈਂ ਫੇਰ ਨਾ ਲੈਣਾ ਰਹਿ ਗਿਆ ਪੁੱਤ ਬੇਗਾਨਾ ਨੀ ਵੈਰ ਅਗਰ ਲੋ ਜੀ ਰਿਕਾਰਡ ਬਿਲ ਹੁਣ ਕਹਿੰਦੇ ਇਹ ਟਾਈਮ ਟੇਬਲ ਦੀ ਫਰਮਾਇਸ਼ ਹੈ ਵੀ ਸੈਡ ਸੌਂਗ ਲਓ ਰਹਿ ਗਿਆ ਪੁੱਤ ਬੇਗਾਨਾ ਨੀ ਵੈਰ ਨੇ ਅੱਜ ਮਾਰਦਾ ਤਾਵਾਂ ਪਾਣੀ ਪਾਇਆ ਯਾਰ ਘੁੰਗੜੇ ਦਿਸਦੇ ਤੇ ਮੈਨੂੰ ਖਰੀ ਸ਼ਰਾਬ ਪਿਆਇਓ ਉਹ ਜਦ ਮੈਂ ਜਾਵਾਂ ਵੱਲ ਕਬਰਾਂ ਦੇ ਤੇ ਮੇਰੇ ਅੱਗੇ ਛਣਕਦੇ ਜਾਇਓ ਆਖਰੀ ਖਵੈਸ਼ ਮੇਰੀ ਪੂਰੀ ਕਰਿਓ ਤੇ ਮੇਰਾ ਸਿਵਾ ਮੇਰੀ ਪ੍ਰੀਤ ਦੇ ਹੱਥੋਂ ਬਣਵਾਇਓ ਰਹਿ ਗਿਆ ਪੁੱਤ ਬਗਾਨਾ ਨੀ ਵੈਰ ਨੇ ਅੱਜ ਮਾਰਦਾ ਤਾਵਾਂ ਹੋ ਗਈ ਫੁੱਲ ਤਿਆਰੀ ਨੀ ਲੱਗੇ ਅੜਨ ਤੇਰੀਆਂ ਲਾਵਾਂ ਛਾਤੀਆਂ ਤਾਣ ਖਲੋ ਗਏ ਨੀ ਛਾਤੀਆਂ ਤਾਣ ਖਲੋ ਗਏ ਨੀ ਹੈ ਤੇਰੇ ਚਾਰ ਚਫੇਰੇ ਵੀਰ ਨੀ ਵਾਜਾ ਆਉਣ ਸਪੀਕਰ ਚੋਂ ਵਾਜਾ ਆਉਣ ਸਪੀਕਰ ਚੋਂ ਨੀ ਤੇਰੇ ਛਣਗਣ ਜਦੋਂ ਕਰੀ ਰੇ ਵਾਜਾ ਆਉਣ ਸਪੀਕਰ ਚੋਂ ਨੀ ਤੇਰੇ ਛਣਗਣ ਜਦੋਂ ਕਰੀ ਰੇ ਭੁੱਲ ਕੀ ਕਸਮਾਂ ਖਾ ਕੇ ਤੁਰ ਚੱਲੀ ਸਹੁਰਿਆਂ ਨੂੰ ਨੀ ਮੇਰੇ ਰੋਗ ਹੱਡਾਂ ਨੂੰ ਲਾ ਕੇ ਝੂਠੀ ਪੈ ਗਈ ਬਚਨਾ ਤੋਂ ਵੈਰ ਨੇ ਭੁੱਲ ਕੀ ਕਸਮਾਂ ਖਾ ਕੇ ਤੁਰ ਚੱਲੀ ਸਹੁਰਿਆਂ ਨੂੰ ਨੀ ਮੇਰੇ ਰੋਗ ਹੱਡਾਂ ਨੂੰ ਲਾ ਕੇ ਆ ਕੇ ਸੁਣ ਨੀ ਸਗਨਾ ਦਾ ਮਾਰ ਲੈ ਘੁੱਟ ਕੇ ਵੈਰ ਨੇ ਵੀੜੇ ਨੇ ਵਾਜਾ ਆਉਣ ਸਪੀਕਰ ਚੋਂ ਵਾਜਾ
ਹੁਣ ਸੱਤੀ ਕਿਚੋ ਨੀ ਤੇਰੇ ਛਣਕਣ ਜਦੋਂ ਕਰੀ ਰੇ ਆਜਾ ਹੁਣ ਸੱਤੀ ਕਿਚੋ ਨੀ ਤੇਰੇ ਛਣਕਣ ਜਦੋਂ ਕਰੀ ਰੇ ਮੈਂ ਬੇਵਸ ਹੋ ਗਈ ਅੱਜ ਲੱਗਾ ਕੇ ਮਾਵਾ ਜੇ ਮੈਂ ਹੋਵਾਂ ਪੌੜ ਕੁੜੇ ਨੀ ਉੱਡ ਕੇ ਬਹਿ ਬੁੱਕਲ ਵਿੱਚ ਜਾਵਾਂ ਜਿਹੜੀਆਂ ਗਲ ਵਿੱਚ ਪੂੰਦੀ ਸਾਣੀ ਬਹਿ ਗਈ ਅੱਜ ਲੱਗਾ ਕੇ ਮਾਵਾ ਜੇ ਮੈਂ ਹੋਵਾਂ ਪੌੜ ਕੁੜੇ ਨੀ ਉੱਡ ਕੇ ਬਹਿ ਬੁੱਕਲ ਵਿੱਚ ਜਾਵਾਂ ਬਹਿ ਗਈ ਘੁੱਟਲ ਮੰਗਾ ਕਰੀ ਪੱਲੇ ਕਰਕੇ ਦੂਰੇ ਚੀਰੇ ਨੀ ਵਾਜਾ ਉਸ ਵਾਜਾ ਹੁਣ ਸਪੀਕਰ ਚੋਂ ਨੀ ਤੇਰੇ ਛਣਕਣ ਜਦੋਂ ਕਲੀ ਰੇ ਵਾਜਾ ਹੁਣ ਸਪੀਕਰ ਚੋਂ ਨੀ ਤੇਰੇ ਛਣਕਣ ਜਦੋਂ ਕਲੀ ਰੇ ਦੇਖੋ ਜਾ ਸਹੇਲੜੀਓ ਕਿੱਥੇ ਹੋ ਵੀਰ ਸਪੀਕਰ ਚੋਂ ਤੇਰੇ ਛੜਕਣ ਜਦੋਂ ਕਦੀ ਰੇ ਅੱਜਾ ਹੁਣ ਸਪੀਕਰ ਚੋਂ ਨੀ ਤੇਰੇ ਛੜਕਣ ਜਦੋਂ ਕਦੀ ਰੇ ਚੌਥਾ ਜਿੱਤੋ ਰੱਖ ਦਰਬਾਰੀ ਮੁੰਡੇ ਕਹਿੰਦੇ ਲੱਡੂ ਮੁੰਡਾ ਲੈ ਕੇ ਹਾਜ਼ਰ ਬਸ ਇੱਧਰ ਗਿਆ ਤੇ ਲੱਡੂ ਮੁਕਤ ਆਉਂਦੇ ਆ ਮੈਂ ਬਲਾ ਕਲਰ ਪੀਣ ਲਏ ਸਾਰੇ ਕਲਾਕਾਰ ਆ ਤੁਸੀਂ ਵੀ ਕਲਾਕਾਰ ਹੋ ਜਦੋਂ ਬੰਦਾ ਜਿਹੜਾ ਕਹਿੰਦਾ ਕਹਿੰਦਾ ਮੈਂ ਨਹੀਂ ਗਾਉਂਦਾ ਸਾਰੇ ਗਾਉਂਦੇ ਆ ਜਿਹੜਾ ਬੰਦਾ ਕਦੀ ਨਾ ਗਾਇਆ ਹੋਣਾ ਸਿਆਲ ਚ ਨਹਾਉਣ ਲੱਗਿਆ ਜ਼ਰੂਰ ਗਾਉਂਦਾ ਤੇ ਕਹਿੰਦੇ ਕੰਮ ਉਹ ਕਰਨਾ ਚਾਹੀਦਾ ਜਿਹੜਾ ਆਉਂਦਾ ਹੋਵੇ ਜਿਹੜਾ ਨਾ ਆਉਂਦਾ ਹੋਵੇ ਉਹ ਕੰਮ ਨਹੀਂ ਕਰਨਾ ਚਾਹੀਦਾ ਕਿਹਨੇ ਕਰਨਾ ਚਾਹੀਦਾ ਹੁਣ ਤਾਂ ਵਢੀਲ ਕਮਲੀ ਹੋ ਗਈ ਜਿਹਨੂੰ ਪੁੱਛੋ ਜੇ ਕੁੜੀ ਵਾਲਾ ਮੁੰਡਾ ਵੇਖਣ ਜਾਂਦੇ ਆ ਕਹਿੰਦੇ ਮੁੰਡਾ ਕਰਦਾ ਕੀ ਆ ਕਹਿੰਦੇ ਮੁੰਡਾ ਗਾਉਂਦਾ ਹੁਣ ਉਹ ਕਹਿੰਦੇ ਚੱਲ ਗਾਉਂਦਾ ਤੇ ਇਹ ਕੰਮ ਕੀ ਕਰਦਾ ਇਹ ਏਦਾਂ ਪੁੱਛਦੇ ਹੁਣ ਤਾਂ ਜਿਹਨੂੰ ਵਿਚਾਰੇ ਨੂੰ ਪੁੱਛਦਾ ਉਹ ਗਾਉਣ ਲੱਗ ਜਾਂਦਾ
ਪਰ ਕੰਮ ਉਹਨੂੰ ਉਹ ਕਰਨਾ ਚਾਹੀਦਾ ਜਿਹੜਾ ਆਉਂਦਾ ਹੋਵੇ, ਜਿਹੜਾ ਨਾ ਆਉਂਦਾ ਹੋਵੇ ਕਰਨਾ ਨਹੀਂ ਚਾਹੀਦਾ। ਰਾਗ ਗਾਉਣ ਨੂੰ ਹਰ ਕੋਈ ਗਾ ਲੈਂਦਾ ਤੇ ਪਤਾ ਲੱਗਦਾ ਹੈ ਰਾਗ ਬਣਾਉਣ ਲੱਗਿਆ, ਹਾਏ ਪੁਰਜਾ ਪੁਰਜਾ ਦਿਮਾਗ ਦਾ ਖਰਚ ਹੁੰਦਾ ਤੇ ਮਿਚਰੇ ਨਾ ਮਿਚਰਾ ਰਲਾਉਣ ਲੱਗਿਆ। ਮੇਰੀ ਭੈਣ ਰਮਨ ਸਿੰਘੋ ਪਿੱਛੇ ਬੈਠਿਆ, ਬਹੁਤ ਵਧੀਆ ਗੀਤਕਾਰ ਹੈ। ਮਿਸ਼ਰਾ ਬਣਾਉਣਾ ਇੱਕ ਬੜੀ ਵੱਡੀ ਗੱਲ, ਰਬਾਈ ਕੀ ਦੱਸਿਆ ਕਿ ਹੁਣ ਤੁਸੀਂ ਕਹੋਗੇ ਪਤਾ ਨਹੀਂ ਕੀ ਹੋਇਆ, ਸਾਡੀਆਂ ਭਾਜ ਦਾ ਸਾਨੂੰ ਪਤਾ। ਰਾਗ ਗਾਉਣ ਨੂੰ ਹਰ ਕੋਈ ਗਾ ਲੈਂਦਾ ਤੇ ਪਤਾ ਲੱਗਦਾ ਹੈ ਰਾਗ ਬਣਾਉਣ ਲੱਗਿਆ, ਹਾਏ ਪੁਰਜਾ ਪੁਰਜਾ ਦਿਮਾਗ ਦਾ ਖਰਚ ਹੁੰਦਾ ਤੇ ਮਿਚਰੇ ਨਾ ਮਿਚਰਾ ਰਲਾਉਣ ਲੱਗਿਆ। ਮੇਰਾ ਯਾਰ ਕਹਿੰਦਾ ਮੈਂ ਇੱਥੋਂ ਜਾਣ ਵਾਲਾ, ਜਾਣ ਕੋਈ ਕੋਈ ਵਾਰਦਾ ਵੱਧ ਤੇ ਕੋਈ ਕੋਈ ਪੁੱਛਦਾ ਹੈ, ਸਹੀਦਾ ਸਾਰੇ ਮਿਰਨਾ ਹੋ ਚੁੱਕੀਆਂ। ਮੇਰਾ ਯਾਰ ਕਹਿੰਦਾ ਮੈਂ ਇੱਥੋਂ ਜਾਣ ਵਾਲਾ ਤੇ ਪਤਾ ਲੱਗਦਾ ਹੈ ਵਾਰੇ ਜਾਣ ਲੱਗਿਆ, ਉਹ ਜਾ ਪਤਾ ਲੱਗਦਾ ਆਖਰੀ ਮੌਤ ਵੇਲੇ ਤੇ ਜਾ ਪਤਾ ਲੱਗਦਾ ਹੈ ਖਾਰੇ ਵਿੱਚ ਗਾਉਣ ਲੱਗਿਆ। ਮੁੰਡੇ ਕਹਿੰਦੇ ਮੈਂ ਕਹਿੰਦੇ ਨੰਨ ਕਾ ਮੈਗ ਲਿਆ ਕੇ ਦੇ ਚਲਾ ਕੇ ਬਾਂਦਰ ਵੇਖੀ ਜਾਂਦਾ, ਅਜੇ ਤੇਰੇ ਪੇਕਾ ਗਿਆ ਮੇਰੇ ਕੋਲ ਜਾਂਦਾ, ਫਿਰ ਮੈਨੂੰ ਕੀ ਕਰਦਾ। ਕਮੜੀ ਨਾ ਵੈਸੇ ਅਜੇ ਤੱਕ ਟਿੰਗੜ ਫੁੰਗੀ ਨੀ ਪਤਾ ਲੱਗਾ। ਇਹ ਮੈਂ ਦੱਸਦਾ ਆਵੇ ਹੁਣ ਮੇਰੀ ਗੱਲ ਸੁਣ, ਜਿਹੜੇ ਹੁੰਦੇ ਪੜ੍ਹੇ ਲਿਖੇ ਲੋਕ ਜਿਹੜੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਡਾਕਟਰ ਲੈਵਲ ਹੋਇਆ, ਉੱਪਰਲੇ ਲੈਵਲ ਹੋਏ, IPS PPS, ਉਹਨਾਂ ਨੂੰ ਕਿਤੇ ਪਿਆਰ ਹੋ ਜੇ ਕੁੜੀ ਨੂੰ ਹੋ ਜਾਏ ਜਾਂ ਮੁੰਡੇ ਨੂੰ ਹੋ ਜੇ, ਉਹ ਤਾਂ ਤਿੰਨ ਅੱਖਰ ਸ਼ਹਿਰੀ ਲੋਕ ਤਿੰਨ ਅੱਖਰ ਯੂਜ਼ ਕਰਦੇ ਆ, ਹਲਾ ਕਿਹੜੇ ਆਈ ਲਵ ਯੂ ਹਾਏ ਕਿੱਡੀ ਕੀਤੇ ਕਦੇ ਕਦੇ, ਉਹ ਤਿੰਨ ਅੱਖਰ ਵੀ ਕਹਿੰਦੇ ਆਈ ਲਵ ਯੂ, ਤੇ ਜੇ ਉਹਨੂੰ ਵੀ ਗਾੜੀ ਮਨਜ਼ੂਰ ਹੋਵੇ ਤੇ ਉਹ ਕਹਿੰਦੀ ਆਈ ਲਵ ਜੁੱਟੂ ਤੇ ਗੱਲ ਬਣ ਕੇ, ਤੇ ਕਿਹਨੂੰ ਪਤਾ ਲੱਗਦਾ ਵੀ ਗੱਲ ਬਣੀ ਕਿ ਨਹੀਂ ਬਣੀ, ਵੀ ਕੀ ਇਹ 'ਚ ਗੱਲ ਕੀ ਹੋਈ ਆ। ਤੇ ਜੇ ਸਾਡੇ ਪਿੰਡਾਂ ਵਾਲੇ ਇਹਨਾਂ ਨੂੰ ਕਿਤੇ ਕੁੜੀ ਨੂੰ ਪੁੱਛਣਾ ਹੋਵੇ ਵੀ ਕਿੱਦਾਂ ਲਵ ਯੂ ਕਹਿਣਾ ਹੋਵੇ, ਜੇ ਕਿਤੇ ਇਹਨਾਂ ਨੇ ਪੁੱਛਣਾ ਹੋਵੇ ਕੁੜੀ ਨੂੰ, ਇਹ ਤਾਂ 3500 ਚੱਕਰ ਲਾਉਂਦੇ ਆ, ਅੱਛਾ 13000 ਦਾ ਤੇਲ ਫੂਕ ਕੇ, ਜੇ ਕੁੜੀ ਪੁੱਛ ਵੀ ਲਵੇ ਹਾਂ ਕਿੱਧਰ ਆਉਣਾ, ਨਹੀਂ ਭੈਣਾ ਮੈਂ ਤਾਂ ਉਦਾਂ ਹੀ ਆਉਣਾ ਏਦਾਂ, ਤੇ ਜੇ ਫਿਰ ਇੱਥੇ ਰੱਖੀ ਜਦੋਂ ਫਿਰ ਗੱਲ ਪੁੱਛਣੀ ਇਹਨਾਂ ਆਈ ਲਵ ਯੂ ਥੋੜੀ ਕਹਿਣਾ, ਮੈਂ ਕੀ ਕਹਿਣਾ ਫਿਰ, ਇਹਨੇ ਫਿਰ ਸਿੱਧਾ ਕਹਿਣਾ ਟਿੰਗੜ ਫੁੰਗੜ ਫੁੰਗੜੀਆਂ ਤੇ ਫੁੰਗੜ ਫੁੰਗੜ ਚੜਾ ਹੁਣ ਤੂੰ, ਇਹਦਾ ਕੀ ਮਤਲਬ ਤੇਰਾ, ਇਹਦਾ ਮਤਲਬ ਆਈ ਲਵ ਯੂ, ਇਹ ਸਾਡਾ ਪਿੰਡ ਵਾਲਿਆਂ ਦਾ ਆਈ ਲਵ ਯੂ ਆ, ਜੇ ਮੰਨ ਗਈ ਠੀਕ ਹੈ ਨਹੀਂ ਤਾਂ ਫਿਰ ਰੋਣ ਡਈ ਆ, ਸਮਝਾਈ ਹੁਣ ਤਾਂ ਲੱਗਾ ਟਿੰਗੜ ਫੁੰਗੜੀਆਂ ਕੀ ਹੁੰਦੀ ਆ, ਅੱਜ ਇੱਕ ਬੰਬ ਫਰੋਜ ਪਰਾਂਦਾ ਤਾਂ ਟਿੰਗੜ ਫੁੰਗੜੀਆਂ ਸੁਣਾ ਕੇ ਜਾਓ, ਮੈਂ ਛੱਡ ਖੜਾ ਤੂੰ ਕਿਹੜੇ ਪਿੱਛੇ ਪੈ ਗਿਆ, ਕੋਈ ਮੁੰਡਾ ਕਹੇ ਮੈਨੂੰ ਚਿੱਟੀ ਦਾੜੀ ਦੇ ਤੂੰ ਮੈਨੂੰ ਪਿੰਡਾਂ ਟਿੰਗੜ ਫੁੰਗੜੀਆਂ ਸੁਣਾ ਕੇ ਜਾ, ਮੈਂ ਕਿਹਾ ਬਾਬੂ ਹੁਣ ਉਮਰ ਲੰਘ ਗਈ ਹੋ, ਮੈਂ ਤੇਰੀ ਗੱਲ ਕਰਦਾ ਨਹੀਂ ਮੇਰੀ ਗੱਲ, ਵਿਚਲੇ ਜੇ ਮੇਰੇ ਚਾਹੀਦਾ ਨਾ ਮੁੰਡਾ ਨਾ ਬੁੱਢਾ ਨੀ ਜਿੱਦ ਕੱਢਦਾ ਕਹਿੰਦੇ ਭਲਾ ਕੀ ਭਲਾ ਮੈਨੂੰ ਕੀ ਪਤਾ,
ਤੁਹਾਨੂੰ ਪਤਾ ਵੀ ਕੀ ਕਹਿੰਦੇ ਦੱਸੋ ਜਰਾ ਆਵਾਜ਼ ਦਿਓ ਪਿੱਛੋਂ ਕੀ ਕਹਿੰਦੇ ਮੈਨੂੰ ਚੇਤਾ ਭੁੱਲ ਗਿਆ ਤੁਸੀਂ ਦੱਸੋ ਕੀ ਕਹਿੰਦੇ ਆ ਮੁੰਡਾ ਕੀ ਕਹਿੰਦੇ ਆ ਕੀ ਕਹਿੰਦੇ ਤੇ ਮੁੰਡੇ ਕਹਿੰਦੇ ਕੀ ਕਹਿੰਦੇ ਵਾ ਖਿੱਚ ਕੇ ਜਰਾ ਦੱਸੋ ਕੀ ਕਹਿੰਦੇ ਆਏ ਬਾਬੂ ਕਹਿੰਦੇ ਲੱਡੂ ਆਏ ਓਏ ਕੋਈ ਨੀ ਮਿਲਦਾ ਕਿਆ ਦਿਨ ਸੁਲਤਾਨਪੁਰ ਲੋਧੀ ਉੱਥੇ ਖਾਵਾਂਗੇ ਤੇ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਸੋ ਆਈ ਕਾ ਤੈਨੂੰ ਲੱਗਿਆ ਮੁੰਡੇ ਕਹਿੰਦੇ ਲੱਡੂ ਵੰਡਣੇ ਕਹਿੰਦੇ ਲੱਡੂ ਵੰਡਣੇ ਕੋਈ ਇਹ ਗੁਲਾਬ ਆਖਦਾ ਤੇ ਕੋਈ ਇਹ ਸ਼ਰਾਬ ਆਖਦਾ ਕੋਈ ਇਹ ਗੁਲਾਬ ਆਖਦਾ ਤੇ ਕੋਈ ਇਹ ਸ਼ਰਾਬ ਆਖਦਾ ਤੇ ਨਾ ਡਰ ਦੀ ਸ਼ਿਕਨੀ ਬਾਦੀ ਲਾਵਾਂ ਜਦੋਂ ਮਲਕਾ ਕਤਰਦੀ ਬੜੇ ਨਖਰੇ ਨਾਲ ਹੱਥ ਦੋਵੇ ਨੀ ਵੱਖੀਆਂ ਨੂੰ ਪਾ ਬਦਰਦੀ ਬੜੇ ਨਖਰੇ ਨਾਲ ਹੱਥ ਦੋਵੇ ਨੀ ਵੱਖੀਆਂ ਨੂੰ ਪਾ ਬਦਰਦੀ ਨੀ ਸੋਹਣੀ ਤੇਰੀ ਤਾਰ ਵੇਖ ਕੇ ਨੀ ਸਰ ਚੰਦੇ ਬਹਾਰ ਵੇਖ ਕੇ ਨੀ ਸੋਹਣੀ ਤੇਰੀ ਤਾਰ ਵੇਖ ਕੇ ਮੁੰਡੇ ਕਹਿੰਦੇ ਆਪਾਂ ਮੰਨ ਲੈਂਦੇ ਬੁੱਢਾ ਕਹਿੰਦਾ ਤਾਂ ਵੀ ਮੰਨ ਲੈਂਦੇ ਬੁੱਢਾ ਕਿਉਂ ਕਹਿੰਦਾ ਬੁੱਢਾ ਕਿਉਂ ਕਹਿੰਦਾ ਕਮਲੀ ਹੋ ਗਈ ਬੁੱਢਾ ਕਿਉਂ ਕਹਿੰਦਾ ਕਹਿੰਦੇ ਨੀ ਤੂੰ ਕੀ ਕਹਿੰਦਾ ਸੁਣ ਕੀ ਨੀ ਬੁੱਢੇ ਕੀ ਕਹਿੰਦੇ ਇਹ ਬੁੱਢੇ ਭਾਗੋ ਕਿਹੜੇ ਪਿੰਡ ਭਾਗੋ ਬੁੱਢੇ ਦੇ ਬੁੱਢੇ ਨਾ ਇਹ ਤਾਂ ਕਰਕੇ ਨਾ ਵੀ ਪਿੰਡ ਦਾ ਭਾਗੋ ਬੁੱਢਾ ਹੀ ਗੱਲ ਸੁਣ ਗੱਲ ਇੱਕ ਹੋਰ ਸੁਣ ਆਪਾਂ ਤੇ ਵੰਡੇ ਮਿੱਠੇ ਲੱਡੂ ਮੁੰਡੇ ਵੀ ਗੱਲ ਕਹਿੰਦੇ ਮਿੱਠੇ ਲੱਡੂਆਂ ਦੀ ਤੇ ਜਿਹੜੇ ਭਾਗੋ ਬੁੱਢੇ ਵਾਲੇ ਬੁੱਢੇ ਹੀ ਇਹ ਖੱਟੇ ਵਾਲੇ ਵੰਡਣ ਡਿਆ ਜੀ ਤਜਰਬਾ ਬੜਾ ਇਹਨਾਂ ਦਾ ਇਹ ਕਰਾਂਗੇ ਹਾਂਜੀ ਬੁੱਢੇ ਕੋ ਕਹਿੰਦੇ ਮਾਰੋ ਬੁੱਢਾ ਕਰਾ ਦੇ ਬਾਪੂ ਦੇ ਸਾਰੀ ਅੱਜ ਨੀ ਬਾਪੂ ਜਾ ਕੇ ਸੁਣਦਾ ਵੇਖ ਅਧੀਆ ਪੀ ਕੇ ਘਰ ਦੇ ਦੁਆਲੇ ਨਾਲ ਘੁੰਮੀ ਜਾਣਾ ਇਹਨੇ ਤੇ ਸਾਰੇ ਟੱਬਰ ਨੇ ਮੈਨੂੰ ਗਾਲਾਂ ਕੱਢੀਆਂ ਬੁੱਢੇ ਨੂੰ ਫਿਰ ਰੀਚਾਰਜ ਕਰ ਗਿਆ ਇਹ ਨੀ ਜਿੰਦ ਕੱਢਦਾ ਬੁੱਲਿਆ ਚ ਹੱਸਿਆ
पौने तू किन्ने सोने कितों जिकले मार फूकनी मथे तो मार डौने हिंदी बोलते हिंदी अपना गाना हिंदी बोलते मेनू कहना पता मेनू भागे बुढ़े आने दस ਕਹਿੰਦੇ ਸਾਡੇ ਪਿੰਡ ਭਾਈ ਝੋਨਾ ਲਾਉਣ ਆਇਆ ਨਾਲੇ ਝੋਨਾ ਲਾਉਣ ਤੁਹਾਡਾ ਗਾਣਾ ਗਾਉਂਦੇ ਕਿੱਦਾਂ ਏਦਾਂ ਲੱਡੂ ਬਣਾ ਲੱਡੂ ਬਣਾ ਲੱਡੂ ਏਦਾਂ ਨਹੀਂ ਜਿੱਦਾਂ ਭਈਆ ਗਾਉਂਦਾ ਤਾਂ ਗਾ ਕੇ ਦੱਸ ਜਿੱਦਾਂ ਭਈਆ ਗਾਉਂਦਾ ਉਹਦਾ ਗਾ ਕੇ ਦੱਸ ਚੱਲੇ ਮੈਂ ਕੋ ਭਈਆ ਵਾਂ ਜਿੱਦਾਂ ਮੈਂ ਕਿੱਦਾਂ ਬੰਨਾ ਮੈਂ ਕਿੱਦਾਂ ਬੰਨਾ ਨਹੀਂ ਮਰ ਗਿਆ ਤੂੰ ਪਰਾ ਜੋੜ ਲੈਨੇ ਨਹੀਂ ਨਹੀਂ ਸੁਣਾਵਾ ਮੈਂ ਸੁਣਾਵਾ ਜਿੱਦਾਂ ਭਈਆ ਗਾਉਂਦਾ ਉਹਦਾ ਚੱਲ ਥੋੜੀ ਜਿਹੀ ਪਰੇ ਹੋ ਜਾ ਫਿਰ ਠੀਕ ਹੈ ਥੋੜੀ ਹੋਰ ਪਰੇ ਹੋ ਠੀਕ ਹੈ ਥੋੜੀ ਹੋਰ ਹੋ ਜਾ ਹੁਣ ਕਿਵੇਂ ਲੰਬਤਰਾ ਮਾਰੇਗੀ ਹਲੇ ਉੱਤਰ ਜਾ चपड़ी ना कड़ो के मर जाए भैया गोली खा के मर जूगी गोलियां खा के मर जाती तू तो मेरी लाइफ बर्बाद करती टोटली चूहे वाली गोलियां खा के मर जी आप गरीब के काम की माड़ा आया जिंद कटदे कहते मुंडे कहते लड्डू होश में
गल सुन ध्यान ना चंगा घट रखियो मेरा बापू पेंशन आया नहीं जनानियां वैसी लालची होंगी और वेखो की कर दिया बच्चे में रखू गया मेरा बापू पेंशन आया नहीं नोट ले आया नहीं पूछ मैं सच्ची आए मुची मुची तेरे सामने बेबे नहीं देख करके पढ़ा के रख दो जी बेबे थोड़ा मेरा बापू पिछड़े आया नहीं बापू नोट ले आया नहीं तू सेवा कर बुजुर्गां दी तू सेवा कर बुजुर्गां दी ना भूल के चार बढ़ाई जा कमड़ी ना बड़ी गर्मी बड़ी आ गर्मी नु खड़ा छड़े सी लवा देंगे रसोई च पर बेबे नु रोटी चुपड़ 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 दे दे नोट कड़क दे कड़क दे यार तू सेवा कर बुजुर्गां दी तू सेवा कर बुजुर्गां दी ला फुल के चार फड़ाई जा जे चंगा लगदा ताड़ी मारनिया बेबे नाल मिट्टी हो के नी बापू दी पिंडन गई जा बेबे नाल मिट्टी हो के नी बापू दी पिंडन गई जा ਤੇਰਾ ਸਾਊ ਆ ਤੇ ਮਾਂ ਕਲੇਸ਼ ਦੀ ਬੁੱਢੀ ਨੇ ਇਹ ਯਾਰ ਪਤਾ ਨਹੀਂ ਤੁਹਾਡੇ ਟੱਬਰ ਸਾਰੇ ਨੂੰ ਮੇਰਾ ਬਾਪੂ ਕਿਉਂ ਸਾਊ ਲੱਗੀ ਜਾਂਦਾ ਕੱਲ ਤੇਰੀ ਬੁੱਢੀ ਵੀ ਮਿਸ ਗੱਲਾਂ ਮਾਰਦੀ ਸਾਡੇ ਬੁੱਢੇ ਨੂੰ ਇੱਕ ਤੁਹਾਡਾ ਸਾਰਾ ਟੱਬਰ ਜਿਹਨੂੰ ਬਾਪੂ ਨਹੀਂ ਚੰਗਾ ਲੱਗਦਾ ਅਰੇ ਹੋਰ ਸੁਣ ਲਾ ਸਾਂਭ ਕੇ ਰੱਖ ਆਪਣੀ ਬੁੱਢੀ ਹੁਣ ਵਟਸਐਪ ਤੇ ਵੀ ਗੱਲਾਂ ਕਰਨ ਲੱਗ ਪਈ ਉਹ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਆਪ ਤਾਂ ਤੂੰ ਕਿੱਥੇ ਕਿੱਥੇ ਗੱਲਾਂ ਕਰਦਾ ਰਹਿੰਦਾ ਹੋਰ ਕੀ ਤੇਰਾ ਪਿਓ ਬਥੇਰਾ ਸਾਊਆ तेरा प्यो बथेरा सहुआ पर मां कलेश दे पुटीवे मैं सेवा करने की ओदी ਭਾਰਤ ਵਾਲਾ ਜੰਗ ਸੁਣ ਹੈ ਘਰ ਵਿੱਚ ਰਹਿੰਦਾ ਹੀ ਲਗਾਣੀ ਤੂੰ ਵੀ ਤਾਂ ਬੋਲਣ ਲੱਗੀ ਨੀ ਕੁਝ ਵੇਂਦੀ ਅੱਗਾ ਪਿੱਛਾ ਨੀ ਮਾਂ ਭਾਰਤ ਵਾਲਾ ਜੰਗ ਸੁਣ ਹੈ ਘਰ ਵਿੱਚ ਰਹਿੰਦਾ ਹੀ ਲਗਾਣੀ ਉਹ ਬੋਲਦੀ ਆ ਤੇ ਬੋਲਣ ਦੇ ਬੋਲਦੀ ਆ ਤੇ ਬੋਲਣ ਦੇ ਤੂੰ ਪੈਰਾਂ ਨੂੰ ਹੱਥ ਲਾਈ ਬੇਬੇ ਨਾਲ ਮਿੱਠੀ ਹੋ ਗਈ ਨੀ ਬਾਪੂ ਦੀ ਪੈਨਸ਼ਨ ਖਾਈ ਬੇਬੇ ਨਾਲ ਮਿੱਠੀ ਹੋ ਗਈ ਨੀ ਬਾਪੂ ਦੀ ਪੈਨਸ਼ਨ ਖਾਈ ਜਾ ਕਲੀ
ਗੱਲ ਕਰਨ ਲੱਗਾ ਜਿਹੜੀ ਫਿਰ ਜਨਾਨੀ ਸਮਝਣ ਉਹਨੂੰ ਕਿੱਦਾਂ ਸਮਝਣਾ ਚਾਹੀਦਾ ਬਰਾ ਆਖਰ ਨੂੰ ਵਿਗੜੀ ਤੀਵੀ ਦਾ ਹੁੰਦਾ ਹੀ ਡੰਡਾ ਪੀਰ ਕੁੜੇ ਹੁਣ ਪਾਲ ਭਲੇ ਪਿੰਡ ਵਾਲਾ ਨੀ ਤੇ ਦਊਗਾ ਝਾੜ ਕੁਸੀਰ ਕੁੜੇ ਆਖਰ ਨੂੰ ਵਿਗੜੀ ਤੀਵੀ ਦਾ ਹੁੰਦਾ ਹੀ ਡੰਡਾ ਪੀਰ ਕੁੜੇ ਹੁਣ ਪਾਲ ਭਲੇ ਪਿੰਡ ਵਾਲਾ ਨੀ ਤੇ ਦਊਗਾ ਝਾੜ ਕੁਸੀਰ ਕੁੜੇ ਤੈਨੂੰ ਰਾਹੇ ਪਾ ਕੇ ਛੱਡੂਗਾ ਰਾਹੇ ਪਾ ਕੇ ਛੱਡੂਗਾ ਤੂੰ ਲੱਖ ਵਾਸਤੇ ਪਾਈ ਜਾ ਕੇ ਬੇਨਣ ਮਿੱਠੀ ਹੋ ਗਏ ਨੀ ਬਾਪੂ ਦੀ ਕੰਡਨ ਖਾਈ ਜਾ ਬੇਨਣ ਮਿੱਠੀ ਹੋ ਗਏ ਨੀ ਬਾਪੂ ਦੀ ਕੰਡਨ ਖਾਈ ਜਾ ਬੇਨਣ ਮਿੱਠੀ ਹੋ ਗਏ ਨੀ ਬਾਪੂ ਦੀ ਕੰਡਨ ਖਾਈ ਜਾ ਬੇਨਣ ਮਿੱਠੀ ਹੋ ਗਏ ਨੀ ਬਾਪੂ ਦੀ ਕੰਡਨ ਖਾਈ ਜਾ ਕਮੇਟੀ ਨੂੰ ਮੇਰਾ ਗੋਲਡ ਟੀਵੀ 5000 ਰੁਪਈਆ ਦਿੰਦਾ ਤਾੜੀ ਲਾ ਦਿਓ ਕਮੇਟੀ ਮੈਂਬਰ 5000 ਰੁਪਈਆ ਦਿੰਦੇ ਨੇ ਧੰਨਵਾਦ ਜੀ ਆਹ ਫੜ ਜਾ ਕਰ ਪੈਸੇ ਤੇ ਮੈਂ ਇੱਕ ਵਾਰੀ ਫੇਰ ਤੋਂ ਸ਼ੁਕਰਗੁਜ਼ਾਰ ਹਾਂ ਜੀ ਪਿੰਡ ਦੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਪੀਰ ਬਾਬਾ ਅਹਿਮਦ ਸ਼ਾਹ ਜੀ ਭਗਤ ਤਰਸੇਮ ਲਾਲ ਜੀ ਸਰਪੰਚ ਬਲਵੀਰ ਲਾਲ ਜੀ ਜਰਨੈਲ ਸਿੰਘ ਜੀ ਸੁਖਦੇਵ ਸਿੰਘ ਲੰਬਰਦਾਰ ਜੀ ਡਾਕਟਰ ਮਨੋਹਰ ਲਾਲ ਜੀ ਸਰਪੰਚ ਤਰਨਦੀਪ ਸਿੰਘ ਜੀ ਮੰਗਤ ਰਾਮ ਜੀ ਸੰਤੋਖ ਕੁਮਾਰ ਲੰਬਰਦਾਰ ਜੀ ਗੁਰਨਾਮ ਸਿੰਘ ਜੀ ਤੇ ਜਿਹੜੇ ਸਾਡੇ ਕੋਲ ਰੇਲਵੇ ਕੋਟੇ 'ਚ ਜਿਹੜੇ ਸਾਡੇ ਕੋਲ ਇੰਟਰਨੈਸ਼ਨਲ ਅਥਲੀਟ ਪਹੁੰਚੇ ਸੀ ਜੀ ਸਾਜਨਪ੍ਰੀਤ ਜੀ ਮੰਚ 'ਤੇ ਆਉਣ ਐਂਡ ਆਈ ਰਿਕੁਐਸਟ ਮਿਸਟਰ ਜੋਵਨਜੀਤ ਸਿੰਘ ਸੁਰਜੀਤ ਬੁੱਗਾ ਜੀ ਦੇ ਜਿਹੜੇ ਛੋਟੇ ਬ੍ਰਦਰ ਨੇ ਕਿ ਉਹ ਵੀ ਮੰਚ 'ਤੇ ਆਉਣ ਮੈਂ ਕੁਛ ਬੋਲਣਾ ਜੇ ਵਧੀਆ ਲੱਗੂਗਾ ਤਾਂ ਤਾਲੀ ਮਾਰਿਓ ਸਿਰਫ ਦੋ ਲਾਈਨਾਂ ਬਲਜੀਤ ਸਿੰਘ ਜੀ ਤੁਸੀਂ ਇੰਨਾ ਮਾਣ ਸਤਿਕਾਰ ਦੇ ਰਹੇ ਹੋ ਪਤਾ ਨਹੀਂ ਵਾਹਿਗੁਰੂ ਦਾਤੇ ਨੇ ਕੀ ਲਿਖਿਆ ਕਿਸਮਤ ਦੇ ਵਿੱਚ ਜੋ ਤੁਹਾਡੇ ਤੋਂ ਇੰਨਾ ਮਾਣ ਮਿਲ ਰਿਹਾ ਸੋ ਜਿਤਨਾ ਦਿਆ ਮੁਝੇ ਮੇਰੀ ਸਰਕਾਰ ਨੇ ਉਤਨੀ ਮੇਰੀ ਔਕਾਤ ਨਾ ਥੀ ਜਿਤਨਾ ਦਿਆ ਮੁਝੇ ਮੇਰੀ ਸਰਕਾਰ ਨੇ ਉਤਨੀ ਮੇਰੀ ਔਕਾਤ ਨਾ ਥੀ ਯੇ ਉਨੀ ਕਾ ਰਹਿਮੋ ਕਰਮ ਹੈ ਵਰਨਾ ਮੁਝਮੇ ਤੋ ਕੁਛ ਬਾਤ ਨਾ ਥੀ ਵਰਨਾ ਮੁਝਮੇ ਤੋ ਕੁਛ ਬਾਤ ਨਾ ਥੀ ਸੋ ਸਾਰਾ ਕੁਛ ਜੋ ਹੈ ਜੀ ਉਹ ਸਾਨੂੰ ਸਾਡੇ ਮੁਰਸ਼ਦ ਤੋਂ ਮਿਲਿਆ ਹੈ ਜੀ ਜਿਨ੍ਹਾਂ ਨੂੰ ਅਸੀਂ ਦਿਨ ਰਾਤ ਧਿਆਉਂਦੇ ਹਾਂ ਯਾਦ ਕਰਦੇ ਹਾਂ ਮੈਂ ਗੁਜ਼ਾਰਿਸ਼ ਕਰੂੰਗੀ ਜੀ ਜਿਹੜੇ ਰੇਲਵੇ ਵਿਜੀਲੈਂਸ ਤੋਂ ਆਏ ਨੇ ਇੰਟਰਨੈਸ਼ਨਲ ਅਥਲੀਟ ਨੇ ਜੀ ਅਤੇ ਸਾਡੇ ਪੱਤਰਕਾਰ ਸਾਹਿਬ ਜਿਹੜੇ ਕਾਫੀ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਹੈ ਉਦੋਂ ਤੋਂ ਸਾਡੇ ਵਿੱਚ ਸਹਿਯੋਗ ਦੇ ਰਹੇ ਨੇ ਅੱਜ ਦੀ ਆਵਾਜ਼ ਜਿਹੜਾ ਨਿਊਜ਼ ਪੇਪਰ ਚੈਨਲ ਹੈ ਉਹ ਤੋਂ ਮੈਂ ਭਾਅ ਜੀ ਨੂੰ ਪਲੀਜ਼ ਮੰਚ 'ਤੇ ਬੁਲਾਉਣਾ ਚਾਹੂੰਗੀ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ ਜੀ ਇਹਦੀ ਸਾਰੀ ਰਿਕਾਰਡਿੰਗ ਜਿਹੜੀ ਹੈ ਜੀ ਉਹ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਭੈਣੀ ਬਾਗਾ ਪ੍ਰੋਡਕਸ਼ਨ ਵੱਲੋਂ ਹੋਈ ਹੈ ਜੀ ਜਿਹਦਾ ਕਿ ਟੈਲੀਕਾਸਟ ਫਰਾਈਡੇ ਨੂੰ ਚੱਲੂਗਾ ਸੋ ਫਰਾਈਡੇ ਨੂੰ ਸ਼ਾਮੀ 6:15 ਸਾਰੇ ਜਣੇ ਵੇਖ ਸਕਦੇ ਹੋ ਜੀ ਐਂਡ ਜਿਹੜੇ ਯੂਟਿਊਬ ਚੈਨਲ ਨੇ ਇੰਸਟਾਗ੍ਰਾਮ ਟਵਿੱਟਰ ਸੋਸ਼ਲ ਸਾਈਟਸ ਬਾਕੀ ਜਿੰਨੀਆਂ ਨੇ ਸਨੈਪਚੈਟਸ ਉੱਥੇ ਸਭ ਤੇ ਸਾਡੇ ਚੈਨਲਸ ਨੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਤੇ ਆਈ ਰਿਕੁਐਸਟ ਯੂ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਜਿੰਨਾ ਹੋ ਸਕੇ ਆਪਣੇ ਕਮੈਂਟਸ ਜ਼ਰੂਰ ਦਿਓ ਹੋ ਸਕਦਾ ਸਾਡੇ ਤੋਂ ਕੁਛ ਗਲਤੀਆਂ ਹੋਈਆਂ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗਲਤੀਆਂ ਨਾ ਹੋਣ ਬਟ ਇਨਸਾਨ ਜਿਹੜਾ ਜੀ ਉਹ ਗਲਤੀਆਂ ਦਾ ਪੁਤਲਾ ਹੈ ਸੋ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਤੁਹਾਨੂੰ ਲੱਗਦਾ ਕਿ ਕੁਝ ਚੇਂਜਸ ਹੋਣੇ ਚਾਹੀਦੇ ਨੇ ਤਾਂ ਜ਼ਰੂਰ ਤੁਸੀਂ ਆਪਣੇ ਕਮੈਂਟਸ ਦੱਸਿਓ ਅਤੇ ਜੇ ਤੁਹਾਨੂੰ ਕੁਝ ਵਧੀਆ ਲੱਗਦਾ ਤਾਂ ਪਲੀਜ਼ ਐਪਰੀਸ਼ੀਏਟ ਜ਼ਰੂਰ ਕਰਿਓ ਤਾਂ ਕਿ ਜਿਹੜਾ ਸਾਡਾ ਸਾਡੀ ਟੀਮ ਦਾ ਹੌਸਲਾ ਅਫਜ਼ਾਈ ਹੋ ਸਕੇ ਮਿਹਰਬਾਨੀ ਜੀ ਹੈਲੋ ਹਾਂ ਹੈ ਵਿਦੇਸ਼ੀ ਤਕਨੀਕ ਸੇ ਤਿਆਰ ਦੂਸਰੋਂ ਕੇ ਮੁਕਾਬਲੇ ਕਮ ਲੋਡ ਲੈਣੇ ਵਾਲਾ ਜ਼ਮੀਨ ਕੋ ਉਪਜਾਊ ਬਣਾਤਾ ਹੈ ਹਰ ਕਿਸਾਨ ਕੇ ਚਿਹਰੇ ਪਰ ਰੌਣਕ ਲਾਤਾ ਹੈ ਸਰਦਾਰ ਰੋਟਾਵੇਟਰ ਪ੍ਰੋਗਰਾਮ ਰੰਗ ਪੰਜਾਬ ਦੇ ਲਾਈਵ ਅਖਾੜਾ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਸੱਭਿਆਚਾਰਕ ਮੇਲੇ ਦੀ ਲਾਈਵ ਸ਼ੂਟਿੰਗ ਅਤੇ ਕਲਾਕਾਰ ਵੀਰ ਆਪਣੇ ਅਖਾੜੇ ਦੀ ਲਾਈਵ ਸ਼ੂਟਿੰਗ ਕਰਵਾਉਣ ਲਈ ਸੰਪਰਕ ਕਰੋ 94638-85524 94638-85524